ਜੋ 2-13 ਨੂੰ ਫੁਟੀ ਨੂੰ ਲੈ ਕੇ ਆ ਰਿਹਾ, ਹਾਂਜੀ, ਉਹ $12 ਦਾ ਵੇਚ ਰਿਹਾ। ਸੋ ਤੁਸੀਂ ਕਹਿੰਦੇ ਹੋ ਵੀ ਉਹੀ ਅਮਰੀਕਾ ਵਾਲਾ ਐਪਲ ਜਦੋਂ ਇੰਡੀਆ ਜਾਂਦਾ ਤਾਂ ਉਹ ਸਸਤਾ ਮਿਲ ਰਿਹਾ? ਬਿਲਕੁਲ ਜੀ, ਉਹੀ ਜਦੋਂ ਇੱਥੇ ਸਾਡੇ ਕੋਲ ਕੈਨੇਡਾ 'ਚ ਪਹੁੰਚ ਰਿਹਾ ਤਾਂ ਉਸ ਜੇ ਤੁਸੀਂ ਕਰੰਸੀ ਕਨਵਰਜਨ ਕਰਕੇ ਵੀ ਦੇਖੋ ਤਾਂ ਤੁਹਾਨੂੰ ਮਹਿੰਗਾ ਪੈ ਰਿਹਾ। ਓਬਵੀਅਸਲੀ ਦੇਖੋ, ਐਗਜ਼ਾਮਪਲ ਹੁਣ LCBO ਦਾ ਸੀਗਾ ਰੌਲਾ, ਹਾਂਜੀ, ਇਹਨਾਂ ਨੇ ਕਿਹਾ ਵੀ ਅਸੀਂ ਉਹ ਵੀ ਸਾਰੇ ਜਿਹੜੇ ਆ ਵੱਡੇ ਕਾਰਪੋਰੇਟ ਨੇ ਉਹਨਾਂ ਨੂੰ ਦੇ ਦੇਣਾ ਵੀ ਤੁਸੀਂ ਵੇਚੋ, ਇੰਪਲੋਈਜ਼ ਅੜ ਗਏ, ਅੜੇ ਚਾਹੇ ਉਹ ਆਪਦੇ ਲਈ ਸੀਗੇ, ਬਟ ਗੌਰਮੈਂਟ ਨੂੰ ਵੀ ਸ਼ਰਮ ਚਾਹੀਦੀ ਨਾ, 2 ਬਿਲੀਅਨ ਪਲੱਸ ਦਾ ਪ੍ਰੋਫਿਟ ਤੁਹਾਨੂੰ ਦੇ ਰਹੇ ਨੇ ਕਮਾ ਕੇ। ਬਟ ਜੋ ਪ੍ਰੋਫਿਟ ਆ ਉਹਨਾਂ ਨੇ ਆਪਦਾ ਪ੍ਰੋਫਿਟ ਤਾਂ ਕੱਟ ਨਹੀਂ ਕੀਤਾ, ਉਲਟਾ ਟਰੈਕਿੰਗ ਵਾਲਿਆਂ ਦਾ ਕੱਟ ਕਰ ਲਿਆ। ਗਗਨ ਬਾਈ ਜੀ, ਬਹੁਤ ਬਹੁਤ ਨਿੱਘਾ ਸਵਾਗਤ ਤੁਹਾਡਾ ਜੀ ਆਇਆਂ ਨੂੰ। ਜੀ ਜੀ ਆਇਆਂ ਨੂੰ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅਤੇ ਤੁਹਾਡੇ ਸਰੋਤਿਆਂ ਦੀ, ਤੁਸੀਂ ਸਮਾਂ ਦਿੱਤਾ। ਜੀ ਸਰ, ਸੋ ਪਹਿਲਾਂ ਤਾਂ ਸਰ ਮੈਂ ਜਿਵੇਂ ਥੋੜ੍ਹਾ ਜਿਹਾ ਬਰੀਫ ਤਾਂ ਕਰ ਦਿੱਤਾ ਤੁਹਾਡੇ ਬਾਰੇ, ਤੁਸੀਂ ਆਪਣੀ ਜ਼ਬਾਨੀ ਆਪਣੇ ਬਾਰੇ ਥੋੜ੍ਹਾ ਹੋਰ ਦੱਸਣਾ ਚਾਹੁੰਦੇ ਹੋਵੋ, ਮਾਈਕ ਦੇ ਨੇੜੇ ਆ ਜਾਓ ਥੋੜ੍ਹਾ। ਹਾਂਜੀ ਹਾਂਜੀ ਬਿਲਕੁਲ ਬਾਈ ਜੀ, ਬਚਪਨ ਤੋਂ ਚਲੋ ਲਿਖਣ ਦਾ ਸ਼ੌਕ ਸੀਗਾ ਨਾ, ਆਲ ਦੈਟ, ਚਲੋ ਫਿਰ 2 ਪ੍ਰੋਜੈਕਟ ਬਣਾਏ ਵੀ ਨੇ ਅਤੇ ਉਹਦੇ ਨਾਲ ਨਾਲ ਟਰੈਕਿੰਗ ਇੰਡਸਟਰੀ ਦੇ ਵਿੱਚ ਸੀਗੇ। ਹਾਂਜੀ, ਸੋ ਜੇ ਕੋਈ ਵੀ ਬੰਦਾ ABCD ਜਿਹਨੂੰ ਲਿਖਣ ਦਾ ਹੈਗਾ ਨਾ, ਉਹ ਹਮੇਸ਼ਾ ਦੇਖਦਾ ਹੁੰਦਾ ਆਸੇ ਪਾਸੇ ਕੀ ਹੋ ਰਿਹਾ। ਹਾਂਜੀ, ਫਿਰ ਜਦੋਂ ਟਰੈਕਿੰਗ ਦੇ ਵਿੱਚ ਸੀਗੇ ਜੀ ਅਤੇ ਪਹਿਲਾਂ ਤਾਂ ਨੋਟਿਸ ਤਾਂ ਕਰਦੇ ਸੀਗੇ, ਬਟ ਹੁਣ ਇਹ ਗੱਲ ਹੈਗੀ ਆ ਨਵੰਬਰ ਦੀ ਜੀ, ਜਦ ਨਵੰਬਰ ਦੇ ਵਿੱਚ ਮੈਂ ਕੈਲੀਫੋਰਨੀਆ ਤੋਂ ਲੋਅਰ ਲੈ ਕੇ ਆਇਆ ਜੀ, ਹਾਂਜੀ, ਬੇਕਰਫੀਲਡ ਏਰੀਆ 'ਚੋਂ। ਹਾਂਜੀ, ਅਤੇ ਉੱਥੋਂ ਜੋ ਮੈਂ ਲੈ ਕੇ ਆਇਆ ਉਹੀ ਸਮਾਨ ਮੈਂ ਖਰੀਦਣ 14 ਹੋ ਗਿਆ। ਹਾਂਜੀ, ਉੱਥੋਂ ਹੁਣ ਮੇਰੇ ਕੋਲ ਜੋ ਕੈਲਕੂਲੇਸ਼ਨ ਪਈ ਆ ਨਾ, ਉਹ $1.36 ਨੂੰ ਪਾਊਂਡ ਸੀਗੇ ਗਰੇਪਸ। ਹਾਂਜੀ, ਠੀਕ ਹੈ ਜੀ, ਉਹਨੂੰ 1.35 ਨਾਲ ਗੁਣਾ ਕਰ ਲਿਆ, 183 ਹੋ ਗਏ ਪਰ ਪਾਊਂਡ। ਮੈਕਸੀਮਮ ਪ੍ਰਾਈਸ ਆ ਜਿਹੜੀ ਟਰੈਕਿੰਗ ਦੀ ਪਾਊਂਡ ਦੇ ਹਿਸਾਬ ਨਾਲ ਆਪਾਂ ਲਾ ਲਈਏ 30 ਸੈਂਟ, ਹਾਂਜੀ, 3200 ਪਾਊਂਡ ਦਾ ਫਿਰ ਵੀ $9,600 ਬਣ ਗਿਆ ਟਰੈਕਿੰਗ ਦੀ ਪ੍ਰਾਈਸ ਦਾ, ਜੋ ਕਿ ਰੇਟ ਹੈ ਨਹੀਂ ਗੇ। ਓਕੇ, ਸੋ ਜੇ ਆਪਾਂ 30 ਸੈਂਟ ਵੀ ਲਾਉਂਦੇ ਹਾਂ ਜੀ ਮੈਕਸੀਮਮ ਤਾਂ ਉਹ ਬਣ ਕੇ $2.13। ਓਕੇ, ਅਤੇ ਇੱਥੇ ਜਦੋਂ ਮੈਂ ਆ ਕੇ ਵੀਕ ਬਾਅਦ ਬਾਏ ਕੀਤਾ ਉਹ ਮੈਂ $11.99 ਨੂੰ ਬਾਏ ਕੀਤਾ, $12। ਓਕੇ ਜੀ 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 ਜੀ, ਹੁਣ ਦੇਖੋ ਵੀ ਕਿੰਨਾ ਫਰਕ ਹੈ। ਹਾਂਜੀ, ਜੋ 2-13 ਨੂੰ 14 ਨੂੰ ਲੈ ਕੇ ਆ ਰਿਹਾ, ਹਾਂਜੀ, ਉਹ $12 ਦਾ ਵੇਚ ਰਿਹਾ। ਉਹ ਚੀਜ਼ ਬੜੀ, ਕੋਈ ਵੀ ਕੀ ਚੱਲ ਰਿਹਾ ਆਪਾਂ ਗੱਲ ਕਰਦੇ, ਉਹ ਫਲਾਨੀ ਮੁਲਕ 'ਚ ਆਏ ਉੱਥੇ ਆਏ ਆ, ਪਰ ਹੋ ਸਕਦਾ ਉਹ ਕਹਿਣ ਕਿ ਸਾਡੇ ਇਹਦੇ ਉੱਤੇ ਜਿਹੜੇ ਖਰਚੇ ਪੈ ਰਹੇ ਨੇ, ਸਾਡਾ ਫਰੇਟ ਦਾ ਖਰਚਾ ਹੋ ਗਿਆ, ਸਾਡਾ ਅੱਗੇ ਸਟੋਰੇਜ ਦਾ ਖਰਚਾ ਹੋ ਗਿਆ, ਸਾਡਾ ਅੱਗੇ ਜਿਹੜੇ ਇੰਪਲੋਈਜ਼ ਰੱਖੇ ਹੋਏ ਨੇ ਉਹ ਸਾਰੇ ਐਡ ਆਨ ਹੋ ਕੇ ਸਾਡੀ ਕੋਸਟ ਐਡ ਹੋਣੀ ਆ, ਤੇ ਉਹ ਇਹਨਾਂ ਕੋਲ ਪ੍ਰੋਡਕਟ ਵੀ ਕਿੰਨਾ ਪਿਆ ਜੀ। ਓਕੇ, ਇਕੱਲਾ ਮੈਂ ਗਰੇਪਸ ਦਾ ਇੱਕ ਐਗਜ਼ਾਮਪਲ ਦਿੱਤੀ ਆ। ਹਾਂ, ਹੁਣ ਮੈਂ ਤੁਹਾਨੂੰ ਗੋਭੀ ਦਾ 35 ਸੈਂਟ ਦਾ ਪਾਊਂਡ ਦਾ ਇੱਕ ਸੀਗਾ, ਉਹ 1 ਪਾਊਂਡ ਦਾ ਫੁੱਲ ਬਣਦਾ ਗੋਭੀ ਦਾ, ਹੈ ਨਾ? ਅੱਛਾ, ਉਹ 7.99 ਦਾ ਵਿਕਿਆ ਇੱਥੇ ਨਵੰਬਰ ਦਸੰਬਰ 'ਚ। ਓਕੇ, 35 ਸੈਂਟ ਪਾਊਂਡ, ਬਟ ਉਹਦੇ 'ਚ ਹੋਰ 20 ਸੈਂਟ 30 ਸੈਂਟ ਜੋੜ ਲਓ ਜੋ ਵੀ ਆ, ਹਾਂਜੀ, 65 ਆ, ਬਟ ਫਿਰ ਵੀ ਤੁਸੀਂ 10-12 ਗੁਣਾ ਵੱਧ ਵੇਚ ਰਹੇ ਹੋ, ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਅੱਛਾ, ਪਰ ਫਿਰ ਇਹਦੇ 'ਤੇ ਤੁਸੀਂ ਕੀ ਸੋਚਦੇ ਹੋ ਵੀ ਇਹਨੂੰ ਸਿਰਫ ਇੱਕ ਆਪਣੇ ਤੌਰ ਦੇ ਉੱਤੇ ਗੱਲ ਕਰਨ ਦੇ ਲਈ ਇਹਨੂੰ ਅੱਗੇ ਕਰ ਰਹੇ ਹੋ ਕਿ ਜਾਂ ਕੋਈ ਹੋਰ ਇਹਦਾ ਅੱਗੇ ਕੋਈ ਤੁਸੀਂ ਡਿਸੀਜਨ ਬਣਾਇਆ ਕਿ ਇਹਦੇ ਬਾਰੇ 'ਚ ਹੋਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ? ਦੇਖੋ ਜੀ, 1-2 ਪਹਿਲਾਂ ਇੰਟਰਵਿਊਜ਼ ਹੋਈ ਜਾਣੇ ਨਾ, ਚਾਹੀਦਾ ਕਿ ਲੋਕਾਂ ਨੂੰ ਇਕੱਠੇ ਹੋਣ, ਰਾਈਟ, ਗੱਲ ਕਰਨ। ਹਰ ਬੰਦਾ ਅੱਜ ਸੋਚਣ ਤੋਂ ਪਹਿਲਾਂ ਆਪਦਾ ਬੈਂਕ ਅਕਾਊਂਟ ਚੈੱਕ ਕਰਦਾ ਵੀ ਲੈਣ ਤੋਂ ਪਹਿਲਾਂ ਕੁਛ ਵੀ ਯਾਰ ਪੈਸੇ ਹੈਗੇ ਨੇ, ਹਾਂਜੀ, ਜਾਂ ਕੁਛ ਈਵਨ ਮੈਂ ਵੀ ਨਿਆਣਿਆਂ ਦੇ ਨਾਲ ਕਿਤੇ ਜਾਂ ਨਾ ਲੈਣਾ ਲੈਣਾ, ਰਾਈਟ, ਹਾਂਜੀ, ਉਹ ਕਿਉਂ ਹੋ ਰਿਹਾ? ਕਿਉਂਕਿ ਕੋਈ ਪੁੱਛਣ ਵਾਲਾ ਨਹੀਂ। ਹੁਣ ਇੰਡੀਆ ਦੇ ਵਿੱਚ ਇੱਕ ਸਿੰਪਲ ਆ ਜੀ, ਆਪਣੇ MRP ਲਿਖਿਆ ਹੁੰਦਾ, ਹਾਂਜੀ, ਮੈਕਸੀਮਮ ਰਿਟੇਲ ਪ੍ਰਾਈਸ, ਹਾਂਜੀ, ਠੀਕ ਹੈ ਜੀ, ਇੱਥੇ ਕਿਸੇ ਚੀਜ਼ 'ਤੇ ਵੀ ਹੈ ਨਹੀਂ, 99% ਚੀਜ਼ਾਂ 'ਤੇ ਇੱਥੇ ਹੈ ਨਹੀਂ। ਓਕੇ,
ਅੱਛਾ ਅਸੀਂ ਕਈ ਵਾਰੀ ਇਹ ਵੀ ਦੇਖਦੇ ਹਾਂ, ਅਗਰ ਮੈਂ ਕਈ ਵਾਰੀ ਸਟੋਰਸ ਦੇ ਵਿੱਚ ਵੱਡੇ ਸਟੋਰਸ ਦੇ ਵਿੱਚ ਜਾਈਦਾ ਤਾਂ ਕਈ ਵਾਰੀ ਵੀਡੀਓਜ਼ ਵੀ ਸਾਡੇ ਸਾਹਮਣੇ ਆ ਰਹੀਆਂ ਹੁੰਦੀਆਂ ਨੇ ਕਿ ਜਿਹੜੇ ਰੇਟਸ ਹੁੰਦੇ ਨੇ ਡਿਸਕਾਊਂਟ ਲਗਾਇਆ ਜਾਂਦਾ, ਪਿੱਛੇ ਜਿਹੜਾ ਐਕਚੁਅਲ ਰੇਟ ਹੁੰਦਾ ਡਿਸਕਾਊਂਟ ਜਿਹੜਾ ਕਈ ਵਾਰੀ ਡਿਸਕਾਊਂਟ ਲਿਖ ਕੇ ਉਹਦੇ ਤੋਂ ਵੀ ਵੱਧ ਰੇਟ ਦੇ ਉੱਤੇ ਲਾ ਦਿੱਤਾ ਜਾਂਦਾ। ਸੋ ਫੋਰ ਐਗਜ਼ਾਮਪਲ ਮੰਨ ਲਓ ਕੋਈ 299 ਦੀ ਚੀਜ਼ ਹੈ ਅਤੇ ਤੁਸੀਂ ਉਹਨੂੰ ਕਵਰ ਕਰਕੇ ਮੋਰੇ ਉਹਦੇ 'ਤੇ ਲਿਖ ਦਿੱਤਾ ਕਿ 25% ਡਿਸਕਾਊਂਟ ਅਤੇ ਪ੍ਰਾਈਸ ਹੁਣ ਹੋ ਗਿਆ ਜੀ 399। ਸੋ ਅਸੀਂ ਸਾਨੂੰ ਲੱਗਣਾ ਕਿ ਸ਼ਾਇਦ ਇਹ 299 ਜਿਹੜਾ ਕਦੀ ਹੈਗਾ ਹੀ ਨਹੀਂ ਸੀ ਅਤੇ 399 ਵੀ ਸਾਨੂੰ ਡਿਸਕਾਊਂਟ ਦੇ ਉੱਤੇ ਮਿਲ ਰਿਹਾ, ਜਦਕਿ ਐਕਚੁਅਲੀ ਜਦੋਂ ਨੋਰਮਲ ਡੇਜ਼ ਦੇ ਵਿੱਚ ਵੇਚਿਆ ਜਾਂਦਾ ਤਾਂ ਉਹ ਸ਼ਾਇਦ ਉਦੋਂ ਵੀ ਘੱਟ ਰੇਟ 'ਤੇ ਵੇਚਿਆ ਜਾਂਦਾ। ਸੋ ਇਹ ਖਾਸ ਤੌਰ 'ਤੇ ਜਦੋਂ ਕਿਤੇ ਕੋਈ ਜਿਹੜੇ ਵੱਡੇ ਦਿਨ ਤਿਉਹਾਰ ਆਉਂਦੇ ਨੇ, ਕੋਈ ਬਲੈਕ ਫਰਾਈਡੇਜ਼ ਹੋ ਗਿਆ ਜਾਂ ਹੋਰ ਇੱਦਾਂ ਦੀਆਂ, ਜਦੋਂ ਆਪਾਂ ਕ੍ਰਿਸਮਸ ਦੇ ਮੌਕੇ, ਬੋਕਸਿੰਗ ਡੇ ਦੇ ਮੌਕੇ ਦੇ ਉੱਪਰ ਇੱਦਾਂ ਦੀਆਂ ਚੀਜ਼ਾਂ ਬਹੁਤ ਵਾਰੀ ਦੇਖਣ ਨੂੰ ਮਿਲੀਆਂ ਵਿਸਾਖੀ ਦੇ ਆਉਣ ਲੱਗ ਗਏ ਹੁੰਦੇ ਕਿ ਐਕਚੁਅਲ ਪ੍ਰਾਈਸ ਜਿਹੜੀ ਹੈ ਉਹਦੇ ਨਾਲੋਂ ਵੀ ਵੱਧ ਰੇਟ ਲਾ ਕੇ ਅਤੇ ਨਾਲ ਡਿਸਕਾਊਂਟ ਲਾ ਦਿੱਤਾ ਜਾਂਦਾ ਅਤੇ ਕਈ ਵਾਰੀ ਉਹਨੂੰ ਕੱਟ ਕਰਕੇ ਮਾਈਨਸ ਪਲੱਸ ਮਾਈਨਸ ਕਰਕੇ ਉਹ ਜੋ ਐਕਚੁਅਲ ਆਮ ਦਿਨਾਂ 'ਚ ਜਿਹੜੇ ਚੀਜ਼ ਦਾ ਰੇਟ ਹੁੰਦਾ ਉਹਦੇ ਤੋਂ ਵੀ ਵੱਧ ਰੇਟ 'ਤੇ ਸਾਨੂੰ ਚੀਜ਼ਾਂ ਮਿਲ ਰਹੀਆਂ ਹੁੰਦੀਆਂ ਨੇ। ਬਿਲਕੁਲ ਸਹੀ ਗੱਲ ਹੈ ਜੀ ਇਹ, ਬਟ ਬਿਕੋਜ਼ ਰੌਲਾ ਕੀ ਹੈ ਵੀ ਗੌਰਮੈਂਟ ਪੁੱਛਣ ਵਾਲੀ ਹੈ ਜੀ। ਓਕੇ ਹੁਣ ਦੇਖੋ ਇਕੱਲੇ ਲੋਬਲਾ ਦੀ ਗੱਲ ਜੇ ਆਪਾਂ ਕਰੀਏ, ਇਹਨਾਂ ਦੇ 20 ਸਟੋਰ ਨੇ ਡਿਫਰੈਂਟ ਨਾਮ ਦੇ ਅੰਡਰ। ਓਕੇ ਠੀਕ ਹੈ ਜੀ, ਵਾਲਮਾਰਟ ਹੋ ਗਿਆ, ਹੁਣ ਤੁਸੀਂ ਕਿਸੇ ਦਾ ਦੇਖ ਲਓ, ਹਰ 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 ਸਾਲ ਬਿਲੀਅਨਸ ਦਾ ਪ੍ਰੋਫਿਟ ਹੁੰਦਾ ਇਹਨਾਂ ਨੂੰ, ਹਾਲਾਂਕਿ ਤਾਮ ਝਾਮ ਬਹੁਤ ਵੱਡਾ ਸਟੋਰ ਨੇ, ਟਰੈਕਿੰਗ ਆਲ ਦੈਟ ਰਾਈਟ, ਸੋ ਇੰਪਲੋਈਜ਼ ਹਾਇਰ ਕਰਨੇ ਨੇ, ਬਟ ਫਿਰ ਵੀ ਪ੍ਰੋਫਿਟ ਦੀ ਕੋਈ ਸੀਮਾ ਚਾਹੀਦੀ। ਹੁਣ ਫੋਰ ਐਗਜ਼ਾਮਪਲ ਹੁਣ LCBO ਦਾ ਸੀਗਾ ਰੌਲਾ, ਹਾਂਜੀ, ਇਹਨਾਂ ਨੇ ਕਿਹਾ ਵੀ ਅਸੀਂ ਉਹ ਵੀ ਸਾਰੇ ਜਿਹੜੇ ਆ ਵੱਡੇ ਕਾਰਪੋਰੇਟ ਨੇ ਉਹਨਾਂ ਨੂੰ ਦੇ ਦੇਣਾ ਵੀ ਤੁਸੀਂ ਵੇਚੋ, ਇੰਪਲੋਈਜ਼ ਅੜ ਗਏ, ਅੜੇ ਚਾਹੇ ਉਹ ਆਪਦੇ ਲਈ ਸੀਗੇ, ਬਟ ਗੌਰਮੈਂਟ ਨੂੰ ਵੀ ਸ਼ਰਮ ਚਾਹੀਦੀ ਨਾ, 2 ਬਿਲੀਅਨ ਪਲੱਸ ਦਾ ਪ੍ਰੋਫਿਟ ਤੁਹਾਨੂੰ ਦੇ ਰਹੇ ਨੇ ਕਮਾ ਕੇ। ਓਕੇ ਅਤੇ ਫਿਰ ਜਦੋਂ ਦੂਸਰੀ ਸਾਈਡ ਦੱਸੀਏ ਤਾਂ ਜਿਹੜਾ ਡਗਫੋਰਡ ਹੋ ਰਹੀ ਆਪਣੇ ਆਪ ਨੂੰ ਇਸ ਗੱਲ ਦੇ ਲਈ ਕੈਰੀ ਕਰਨਾ ਚਾਹੁੰਦੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਜੋ ਅਸੀਂ ਪ੍ਰੋਮਿਸਿਸ ਕੀਤੇ ਸੀ, ਜੋ ਅਸੀਂ ਵਾਅਦੇ ਕੀਤੇ ਸੀ ਆਪਣੇ ਸਟੋਰਸ ਦੇ ਨਾਲ, ਅਸੀਂ ਉਹ ਵੀ ਪੂਰਾ ਕਰਨਾ ਸੀਗਾ ਅਤੇ ਉਹ ਪੂਰਾ ਕਰ ਦਿੱਤਾ। ਨਹੀਂ, ਵੋਟਾਂ ਸਟੋਰ ਨੇ ਪਾਉਣੀਆਂ ਅਤੇ ਲੋਕਾਂ ਨੇ ਪਾਉਣੀਆਂ ਨੇ, ਸਮਝੌਤਾ ਵੀ ਹੋਇਆ, ਉਹ ਵੀ ਹੋਇਆ ਵੀ ਅਸੀਂ 3 ਸਾਲ ਲਓ, ਇਹ ਕਹਿੰਦੇ ਅਸੀਂ ਵੀ ਕੰਮ ਕਰਾਂਗੇ, ਕੋਈ ਸਟ੍ਰਾਈਕ ਨਹੀਂ ਕਰਾਂਗੇ, ਬਟ ਉਹ ਵੀ ਕਹਿੰਦੇ ਅਸੀਂ ਵੀ ਨਹੀਂ ਇਨਕਰੀਜ਼ ਕਰਾਂਗੇ ਜਿਹੜੇ ਲੋਕਲ ਜਿਹੜੇ ਸਟੋਰ ਗ੍ਰੋਸਰੀ ਸਟੋਰ ਨੇ ਉਹਨਾਂ ਨੂੰ ਜੋ ਵੀ ਦੇਣਾ ਸਮਾਨ। ਹੁਣ ਜੇ ਗੌਰਮੈਂਟ ਚਾਹੇ, ਗੌਰਮੈਂਟ ਨੂੰ ਪਹਿਲੀ ਗੱਲ ਤਾਂ ਲੋਕਾਂ ਦਾ ਇੰਟਰਸਟ ਰੇਟ ਵਧਾ ਕੇ ਲੋਕਾਂ ਦਾ ਕੀ ਹੱਲ ਕਰਤਾ। ਹਾਂਜੀ ਠੀਕ ਹੈ, ਤੁਹਾਡਾ ਸਵਾਲ ਹੁਣ ਜਦੋਂ ਆਪਾਂ ਗ੍ਰੋਸਰੀ 'ਤੇ ਦੁਬਾਰਾ ਫਿਰ ਆਈਏ ਤਾਂ ਤੁਸੀਂ ਕਹਿ ਰਹੇ ਹੋ ਕਿ ਜਿਸ ਰੇਟ ਦੇ ਉੱਪਰ ਪ੍ਰੋਡਿਊਸ ਦੀ ਗੱਲ ਕਰ ਲਈਏ ਜਾਂ ਸਬਜ਼ੀਆਂ ਦੀ ਗੱਲ ਕਰ ਲਈਏ ਜਾਂ ਹੋਰ ਦਾਲਾਂ ਵਗੈਰਾ ਦੀ ਗੱਲ ਕਰ ਲਈਏ, ਉਹ ਲੋੜ ਤੋਂ ਵੱਧ ਉਹਨਾਂ ਦੇ ਰੇਟ ਜਿਹੜੇ ਨੇ ਉਹ ਵਧੇ ਹੋਏ ਨੇ ਅਤੇ ਉਹਨਾਂ ਨੂੰ ਘਟਾਉਣ ਦੇ ਲਈ ਜਾਂ ਉਹਨਾਂ ਦੇ ਬਾਰੇ 'ਚ ਗੱਲ ਕਰਨ ਲਈ ਕੋਈ ਵਾਲੀ ਵਾਰਸ ਨਹੀਂ ਹੈ? ਬਿਲਕੁਲ ਨਹੀਂ ਹੈਗਾ। ਹੁਣ ਗੌਰਮੈਂਟ ਨੇ ਇੱਕ ਮਾੜਾ ਜਿਹਾ ਤਮਾਸ਼ਾ ਜਿਹਾ ਤਾਂ ਕੀਤਾ ਵੀ ਅਸੀਂ ਉਹਨਾਂ ਤੋਂ ਸਾਈਨ ਕਰਾ ਲਏ ਪੇਪਰਾਂ 'ਤੇ, ਬਟ ਲੋਕਾਂ ਨੂੰ ਦੱਸਣ ਤਾਂ ਸਹੀ ਵੀ ਕਿੰਨੇ ਪਰਸੈਂਟ ਪ੍ਰੋਫਿਟ 'ਤੇ ਅਸੀਂ ਐਗਰੀ ਹੋਏ ਹਾਂ। ਓਕੇ ਹੁਣ ਦੂਜੇ ਪਾਸੇ ਜੀ ਗੌਰਮੈਂਟ ਇੱਕ ਆਮ ਬੰਦੇ ਦੀ ਤਰ੍ਹਾਂ ਮੈਂ ਸੋਚ ਰਿਹਾ ਹੈਗਾ, ਕੋਜ਼ ਆਮ ਬੰਦਾ ਰਾਈਟ, ਜੇ ਗੌਰਮੈਂਟ ਚਾਹੁੰਦੀ ਹੈ ਵੀ ਲੋਕਾਂ ਦਾ ਭਲਾ ਹੋਵੇ, ਲੋਕ ਜੋ ਅੱਜ ਬਹੁਤ ਔਖੇ ਨੇ, ਫੂਡ ਬੈਂਕਾਂ 'ਤੇ ਲੋਕ ਡਿਪੈਂਡੈਂਟ ਨੇ ਅਤੇ ਗੁਰੂ ਘਰਾਂ 'ਚ ਵੇਖ ਲਓ ਵੀ ਅੱਜ ਹਰ ਕਾਸਟ ਦਾ ਬੰਦਾ ਜਾ ਰਿਹਾ, ਹੁਣ ਜੇ ਗੌਰਮੈਂਟ ਚਾਹੇ, ਜਿਵੇਂ LCBO ਗੌਰਮੈਂਟ ਦਾ, ਗੌਰਮੈਂਟ ਕਿਉਂ ਨਹੀਂ ਆਪਦੇ ਸਟੋਰ ਖੋਲ੍ਹਦੀ? ਠੀਕ ਹੈ ਨਾ ਜੀ। ਹੁਣ ਦੇਖੋ ਸਿੰਪਲ, LCBO 'ਤੇ ਇੱਕ $20-$3 ਦੀ ਮਿਲਦੀ ਹੈ ਸਿੰਗਲ, ਉਹੀ ਵਾਲਮਾਰਟ 'ਤੇ ਮੈਂ ਜਾਣਾ 375 ਦੀ ਮਿਲਦੀ ਆ। ਓਕੇ, ਸੋ ਉਹ 20-25% ਉਹ ਮਤਲਬ ਜ਼ਿਆਦਾ ਕਮਾ ਰਹੇ ਨੇ ਉਹਦੇ ਤੋਂ। ਪਰ ਗਗਨ ਭਾਈ, ਉੱਥੇ ਮੈਂ ਦੁਬਾਰਾ ਫਿਰ ਉਹੀ ਕਹਿੰਦਾ ਕਿ ਕਨਵੀਨੀਅੰਸ ਦੇ ਰਹੇ ਨੇ ਉਹਨਾਂ ਨੂੰ, ਲੱਗਦਾ ਹੋਏਗਾ ਕਿ ਹੁਣ ਤੁਸੀਂ ਇੱਥੇ ਪਹੁੰਚੇ ਹੋਏ ਸੀ, ਸਾਰਾ ਕੁਝ ਤੁਹਾਨੂੰ ਅਸੀਂ ਉਸ ਡਿਊ ਟੂ ਕਨਵੀਨੀਅੰਸ ਤੁਹਾਨੂੰ ਅਸੀਂ ਜੇ ਰੇਟ ਥੋੜ੍ਹਾ ਵੱਧ 'ਤੇ ਵੀ ਲੈ ਕੇ ਦੇ ਦਿੱਤਾ ਤਾਂ ਤੁਹਾਨੂੰ ਇਟਸ ਯੂਅਰ ਵਿਲ ਐਂਡ ਵਿਸ਼, ਅਦਰਵਾਈਜ਼ ਤੁਸੀਂ ਜਿੱਥੋਂ ਸਸਤਾ ਮਿਲਦਾ ਉੱਥੋਂ ਲੈ ਲਓ। ਸਸਤਾ ਆਪਸ਼ਨ ਕਿਹੜੀ ਆ? ਹਾਂ, ਮਾੜਾ ਮੋਟਾ ਥੋੜ੍ਹਾ ਮੋਟਾ ਸਸਤਾ ਹੈਗਾ ਜੀ, ਬਾਕੀ ਤਾਂ ਮਨੋਂ ਅੱਛਾ। ਇਦਾਂ ਨਾ ਲਿਓ ਕਿ ਮੈਂ ਕੋਈ ਉਹਨਾਂ ਦੀ ਪੈਰਵਾਈ ਕਰਨ ਵਾਲੀ ਗੱਲ ਕਰ ਰਿਹਾ, ਮੈਂ ਉਹ ਕਾਊਂਟਰ ਕਰ ਰਿਹਾ ਇਸ ਲਈ ਵੀ ਜਿਹੜੇ ਸਵਾਲਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਨੂੰ ਜਾਂ
ਜਿਹੜੇ ਬਿਜ਼ਨਸ ਅਦਾਰੇ ਹੋਣਗੇ ਜਿਹਨਾਂ ਦੇ ਕੋਈ ਗਰੋਸਰੀ ਸਟੋਰਸ ਨੇ ਜਾਂ ਜਿਹਨਾਂ ਦੇ ਕੋਲ ਇਸ ਤਰ੍ਹਾਂ ਦੇ ਕੋਈ ਆਪਸ਼ਨਸ ਹੈਗੀਆਂ ਨੇ ਕਿ ਉਹ ਚੀਜ਼ਾਂ ਵੇਚ ਸਕਦੇ ਨੇ, ਤਾਂ ਉਹਨਾਂ ਦੇ ਵੀ ਥੋਟਸ ਹੋਣਗੇ ਕੁਛ ਨਾ ਕੁਛ। ਆਈ ਨੋ ਕਿ ਇੱਕ ਪਬਲਿਕ ਦੇ ਪੁਆਇੰਟ ਆਫ ਵਿਊ ਤੋਂ ਵੀ ਜਿਹੜਾ ਪੱਖ ਤੁਸੀਂ ਰੱਖ ਰਹੇ ਹੋ ਆਪਾਂ ਉਹ ਵੀ ਸੁਣ ਰਹੇ ਹਾਂ, ਪਰ ਨਾਲ ਉਹਦਾ ਕਾਊਂਟਰ ਜੇ ਨਾਲ ਹੀ ਆਪਾਂ ਬੇਨਤੀ ਕਰਦੇ ਹਾਂ ਜੇ ਸਾਡੇ ਕੋਈ ਸਰੋਤੇ ਵੀ ਆਪਣੇ ਵੱਲੋਂ ਕੋਈ ਐਡ ਆਨ ਕਰਨਾ ਚਾਹੁੰਦੇ ਹੋਣ, ਕੋਈ ਸਵਾਲ ਜਾਂ ਕੋਈ ਪੁਆਇੰਟ ਜਾਂ ਕੰਸਰਨ ਕਿਸੇ ਵੀ ਰੂਪ ਦੇ ਵਿੱਚ ਸਾਡੀ ਇਸ ਗੱਲਬਾਤ ਦੇ ਵਿੱਚ, ਜਿਹਦੇ ਵਿੱਚ ਅਸੀਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਗਰੋਸਰੀ ਦੇ ਵਧੇ ਹੋਏ ਰੇਟਸ ਦੀ ਗੱਲ ਕਰ ਲਈਏ, ਜਿਹਦੇ ਵਿੱਚ ਸਾਡੀਆਂ ਦਾਲਾਂ ਸਬਜ਼ੀਆਂ ਪ੍ਰੋਡਿਊਸ ਦੀ ਗੱਲ ਕਰਦੇ ਹਾਂ, ਡੇਅਰੀ ਪ੍ਰੋਡਕਟਸ ਹੋ ਗਏ, ਆਂਡਿਆਂ ਦੀ ਗੱਲ ਕਰ ਲਈਏ, ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਈਟਮਸ ਨੇ ਜਿਹੜੀਆਂ ਰੈਗੂਲਰ ਬੇਸਿਸ ਦੇ ਉੱਪਰ ਜਿਹਨਾਂ ਨੂੰ ਅਸੀਂ ਕਈ ਵਾਰੀ ਕਹੀਦਾ ਕਿ ਯਾਰ ਇਹਨਾਂ ਦਾ ਹੁਣ ਆਲਟਰਨੇਟ ਹੋਰ ਕੀ ਕੱਢ ਲਈਏ, ਉਹ ਤਾਂ ਵਰਤਣੇ ਹੀ ਪੈਣੇ ਆ। ਬਿਲਕੁਲ ਬਿਲਕੁਲ। ਸੋ ਉਹ ਜਿਹੜੇ ਪ੍ਰੋਡਕਟ ਨੇ ਉਹਨਾਂ ਦੇ ਜਿਹੜੇ ਰੇਟ ਹੈ, ਜਿਵੇਂ ਗਗਨ ਧਾਲੀਵਾਲ ਹੋਰਾਂ ਦਾ ਕਹਿਣਾ ਹੈ ਕਿ ਜਦੋਂ ਚੀਜ਼ ਜਿਹੜੀ ਹੈ ਕਿਸੇ ਮੈਨੂਫੈਕਚਰ ਤੋਂ ਜਾਂ ਫਾਰਮ ਤੋਂ ਜਾਂ ਜਿੱਥੇ ਕਿਤੇ ਵੀ ਉਹ ਤਿਆਰ ਹੋ ਕੇ ਪੈਕ ਹੋ ਕੇ ਤੁਰਦੀ ਹੈ, ਉਹ ਪਹੁੰਚਦੀ 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 ਉਹਦੇ ਰੇਟ ਜਿਹੜੇ ਹੈ $2-4-5-10 ਜਾਂ $2-4-5-10-15% ਨਹੀਂ, 100-100-200% ਉਹਦੇ 'ਚ ਵਾਧਾ ਹੋ ਜਾਂਦਾ, 300-400% ਦਾ ਜਿਹੜਾ ਪ੍ਰੋਫਿਟ ਮਾਰਜਨ ਜਿਹੜਾ ਉਹਦੇ 'ਚ ਰੱਖਿਆ ਜਾਂਦਾ। ਉਸ ਬਾਰੇ ਗਗਨ ਹੋਰਾਂ ਦਾ ਅੱਜ ਦਾ ਇਹ ਖਾਸ ਸਾਡਾ ਟੌਪਿਕ ਹੈ। ਅੱਛਾ ਜੀ, ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਵਾਸ਼ਿੰਗਟਨ ਤੋਂ ਐਪਲ ਆਉਂਦਾ ਮੋਸਟਲੀ BC ਤੋਂ ਜਾਂ ਵਾਸ਼ਿੰਗਟਨ ਤੋਂ, ਰਾਈਟ? ਮੇਰੇ ਕੋਲ ਪਿਕਚਰ ਵੀ ਹੈਗੀ, ਜੇ ਕਹੋ ਮੈਂ ਦਿਖਾ ਦਿੰਦਾ। ਹਾਂਜੀ, ਇੰਡੀਆ ਦੇ ਵਿੱਚ ਉਹ 180 ਰੁਪਏ ਨੂੰ ਕਿਲੋ ਆ। ਓਕੇ, ਇੰਡੀਆ ਮਾਰਟ ਦੇ ਉੱਪਰ, ਠੀਕ ਹੈ, ਠੀਕ ਹੈ ਜੀ। ਅਤੇ ਸਾਡਾ ਡੋਲਰ ਹੈਗਾ ਆਲਮੋਸਟ 62 ਦਾ, 61-62 ਦਾ। ਹਾਂਜੀ, ਅਤੇ ਸਾਨੂੰ ਪਾਊਂਡ ਮਿਲਦੇ ਨੇ ਕੈਨੇਡਾ ਦੇ ਵਿੱਚ ਉਹ, ਹਾਂਜੀ, $2.99 ਦੇ, ਠੀਕ ਹੈ। ਇੰਡੀਆ ਦਾ ਤਾਂ ਇੱਥੋਂ ਦਾ ਕਿੰਨਾ ਫਰਕ ਹੈ, ਅਤੇ ਉਹ ਦੇਖੋ 2.2 ਜ਼ਿਆਦਾ ਕੁਆਂਟਿਟੀ ਕਿਲੋ, ਹਾਂਜੀ, ਕਿੱਥੇ 400+ ਪਾਊਂਡ ਗ੍ਰਾਮ ਅਤੇ ਕਿੱਥੇ 1 ਕਿਲੋ, ਠੀਕ ਹੈ। ਵੀ ਉੱਥੇ ਵੀ ਸਸਤਾ ਮਿਲਦਾ ਸਾਨੂੰ ਵਾਸ਼ਿੰਗਟਨ ਦਾ, ਅਮੈਰੀਕਾ ਦਾ ਐਪਲ, ਅਤੇ ਸਾਨੂੰ ਇੱਥੇ ਮਹਿੰਗਾ ਮਿਲਦਾ। ਰੀਜ਼ਨ ਕੀ ਹੈ, ਕੌਣ ਪੈਸੇ ਕਮਾ ਰਿਹਾ? ਓਕੇ, ਸੋ ਤੁਸੀਂ ਕਹਿੰਦੇ ਹੋ ਵੀ ਉਹੀ ਅਮਰੀਕਾ ਵਾਲਾ ਐਪਲ ਜਦੋਂ ਇੰਡੀਆ ਜਾਂਦਾ ਤਾਂ ਉਹ ਸਸਤਾ ਮਿਲ ਰਿਹਾ। ਬਿਲਕੁਲ ਜੀ, ਉਹੀ ਜਦੋਂ ਇੱਥੇ ਸਾਡੇ ਕੋਲ ਕੈਨੇਡਾ 'ਚ ਪਹੁੰਚ ਰਿਹਾ ਤਾਂ ਉਸ ਜੇ ਤੁਸੀਂ ਕਰੰਸੀ ਕਨਵਰਜਨ ਕਰਕੇ ਵੀ ਦੇਖੋ ਤਾਂ ਤੁਹਾਨੂੰ ਮਹਿੰਗਾ ਪੈ ਰਿਹਾ। ਓਬਵੀਅਸਲੀ ਦੇਖੋ, 1 ਪਾਊਂਡ ਸਾਨੂੰ ਇੱਥੇ ਮਿਲ ਰਿਹਾ ਜੀ $2.99 ਦਾ, $186 ਬਣ ਗਏ, ਠੀਕ ਹੈ, ਰੁਪਏ ਬਣ ਗਏ। ਹਾਂਜੀ, ਉੱਥੇ 180 ਰੁਪਏ ਨੂੰ ਕਿਲੋ ਆ ਪਹੁੰਚ, ਵੀ ਜਿਹੜੀ ਉੱਥੇ ਬੰਦਾ ਬਾਏ ਕਰਦਾ, ਰਾਈਟ, ਸਟੋਰ ਤੋਂ ਹੀ, ਠੀਕ ਹੈ। ਸੋ ਇਹਦੇ 'ਤੇ ਤੁਹਾਡੀ ਅਗਲੀ ਕੋਈ ਸਟੱਡੀ ਕੀ ਹੈ, ਤੁਸੀਂ ਕੀ ਸੋਚਿਆ ਜਾਂ ਕੀ ਕਰਨਾ ਚਾਹੁੰਦੇ ਹੋ? ਨਹੀਂ, ਸਟੱਡੀ ਤਾਂ ਦੇਖੋ ਜੀ, ਹੁਣ ਸਮੇਂ ਦੇ ਨਾਲ ਹੀ ਹਰ ਇੱਕ ਨੂੰ ਵਿਚਰਨਾ ਪੈਣਾ, ਹੈ ਨਾ। ਬਟ ਮਤਲਬ ਕਿ ਜੋ ਦੇਖ ਰਹੇ ਹਾਂ, ਜੋ ਆਪਾਂ ਸੋਚਦੇ ਸੀ ਵੀ ਕੈਨੇਡਾ ਆਏ, ਕੈਨੇਡਾ ਜੋ ਵੀ ਮਤਲਬ ਡ੍ਰੀਮ ਸੀਗਾ, ਹੈ ਨਾ, ਉਹ ਹੁਣ ਤਾਂ 4-5 ਸਾਲਾਂ ਤੋਂ ਜੋ ਡੇ ਬਾਏ ਡੇ ਥੱਲੇ ਨੂੰ ਹੀ ਜਾ ਰਿਹਾ ਸੀ, ਚਾਹੇ ਉਹ ਅਮਨ ਕਾਨੂੰਨ ਲਾ ਲਈਏ, ਜੋ ਵੀ ਲਾ ਲਈਏ, ਆਪਾਂ ਸਾਰੇ ਹਾਲਾਤ ਮਾੜੇ ਹੋ ਰਹੇ ਨੇ। ਹੁਣ ਤਾਂ ਆਮ ਬੰਦੇ ਰਹਿਣਾ ਔਖਾ ਹੋਇਆ ਪਿਆ ਜੀ, ਅਫੋਰਡੇਬਿਲਟੀ ਕਿੰਨੀ ਘੱਟ ਗਈ ਇਸ ਚੀਜ਼ ਨਾਲ। ਹੁਣ ਤੁਸੀਂ ਮੈਂ ਆਪਾਂ ਸ਼ੋਪਿੰਗ ਘੱਟ ਕਰ ਲਾਂਗੇ ਆਪਦੇ ਲਈ, ਪਰ ਅਸੀਂ ਦਾਲਾਂ ਸਬਜ਼ੀਆਂ ਤਾਂ ਖਰੀਦਣੀਆਂ ਨੇ ਨਾ, ਹਾਂਜੀ, ਉਹ ਤਾਂ ਬੱਚਿਆਂ ਨੂੰ ਖਾਣਾ ਆਪ ਖਾਣਾ ਨਾ ਜੀ, ਰਾਈਟ। ਸੋ ਮਤਲਬ ਪੁੱਛਣ ਵਾਲਾ ਕੋਈ ਹੈ ਨਹੀਂ ਗਾ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪੁਆਇੰਟ ਨੂੰ ਤੁਸੀਂ ਸੋਚਦੇ ਹੋ ਕਿ ਜ਼ਿਆਦਾ? ਹੁਣ ਦੂਸਰੀ ਆ ਗਈ ਗੱਲ ਕੁਆਲਿਟੀ ਦੀ, ਹਾਂਜੀ, ਠੀਕ ਹੈ ਜੀ। ਆਪਾਂ ਸੋਚਦੇ ਵੀ ਰੇਹ ਸਪਰੇ ਨਹੀਂ ਹੁੰਦੀ ਇੱਥੇ, ਸਾਰਾ ਕੁਛ ਹੁੰਦਾ। ਅੱਛਾ, ਜੇ ਤੁਸੀਂ WHO ਦੀ ਵੈਬਸਾਈਟ 'ਤੇ ਜਾਓ, ਸਭ ਤੋਂ ਵੱਧ ਕੈਂਸਰ ਨੌਰਥ ਅਮਰੀਕਾ 'ਚ। ਉਹਦਾ ਕਾਰਨ ਕੀ ਲੱਗਦਾ ਤੁਹਾਨੂੰ? ਸਪਰੇਆਂ ਜਿਹੜੀਆਂ ਕਈ, ਮੈਂ ਸੁਣਨ 'ਚ ਆਇਆ ਸੀ ਕਿ ਜਿਹੜੀਆਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਦਵਾਈਆਂ ਬੈਨ ਨੇ ਉਹ ਕੈਨੇਡਾ ਦੇ ਫਾਰਮਰਸ ਯੂਜ਼ ਕਰ ਰਹੇ ਨੇ। ਬਿਲਕੁਲ ਜੀ, ਮੇਰਾ ਹੁਣ ਨਾਂ ਭੁੱਲ ਗਿਆ, ਮੇਰੇ ਰਾਊਂਡ ਅਪ, ਹਾਂਜੀ, ਇੱਥੇ ਕੈਨੇਡਾ 'ਚ ਕਣਕ, ਮੱਕੀ, ਸੋਇਆ, ਕਨੋਲਾ ਜੋ ਵੀ ਹੁੰਦਾ, ਹਾਂਜੀ, ਉਹ ਸਾਰਾ ਕੁਛ ਰਾਊਂਡ ਅਪ ਦੀ ਸਪਰੇਅ ਕਰਕੇ ਸੁਕਾਇਆ ਜਾਂਦਾ। ਹੁਣ ਮੈਂ ਟਰੱਕ ਚਲਾਉਣਾ, ਮੈਂ ਕਈ ਵਾਰ ਸੋਚਿਆ ਕਰਾਂ, ਨੌਰਥ ਡਕੋਟਾ, ਸਾਊਥ ਡਕੋਟਾ ਮੱਕੀ ਬਹੁਤ ਹੁੰਦੀ ਹੈ ਜੀ, ਹਾਂਜੀ, ਅਤੇ ਮੈਂ ਲੰਘਦਾ ਸੋਚਿਆ ਕਰਾਂ ਯਾਰ, ਆਹ ਤਾਂ 500-700 ਹਜ਼ਾਰ ਕਿੱਲਾ ਹਰਾ ਖੜਾ ਸੀ ਮੱਕੀ ਦਾ, ਇੱਕਦਮ ਹੀ ਕਿਵੇਂ ਪੂਰਾ ਹੋ ਗਿਆ, ਅੱਛਾ, ਸੁੱਕ ਗਿਆ। ਓਕੇ, ਉਹ ਹੁਣ ਪੜ੍ਹਨ ਤੋਂ ਬਾਅਦ ਪਤਾ ਲੱਗਿਆ ਵੀ ਭਾਈ ਸਪਰੇਅ ਹੁੰਦੀ ਹੈ, ਉਹਦਾ ਨਹੀਂ ਮੱਕੀ ਪੱਕਦੀ ਹੈ, ਸਾਰਾ ਕੁਛ ਉੱਥੇ ਪੱਕਦਾ। ਅੱਛਾ, ਅਤੇ ਹੁਣ ਫਿਰ ਆਪਾਂ ਕਿਹੜੀ ਗੱਲ ਦਾ ਮਾਣ ਕਰ ਲਈਏ? ਓਕੇ, ਰਾਊਂਡ ਅਪ ਦੀ ਪੰਜਾਬ 'ਚ ਪਾਬੰਦੀ ਹੈ ਜੀ, ਲੋਕ ਚੋਰੀ ਛਿੱਪੇ ਉਹਨੂੰ ਘਾਹ ਘੂ ਮਾਰਨ ਨੂੰ ਉੱਥੇ ਪਹੀਆਂ ਪੁਹੀਆਂ 'ਤੇ ਛਿੜਕਦੇ ਨੇ, ਅਤੇ ਇੱਥੇ ਸਾਰਾ ਕੁਛ ਹੀ ਉਹਦੇ ਥਰੂ ਚੱਲਦਾ।
ਸੋ ਸਾਡੇ ਕੋਈ ਸਰੋਤੇ ਵਿਚਾਰ ਦੇਣਾ ਚਾਹੁੰਦੇ ਹੁਣ ਅਜੇ ਤੱਕ ਕੋਈ ਵੀ ਕਾਲ ਨਹੀਂ ਆਈ, ਤੁਸੀਂ ਕੀ ਸੋਚਦੇ ਹੋ? ਤੁਹਾਨੂੰ ਜਿਹੜਾ ਗਗਨ ਧਾਲੀਵਾਲ ਹੋਣਾ ਨੇ ਇਹ ਸਵਾਲ ਚੁੱਕਿਆ, ਇਹਦੇ ਨਾਲ ਕੋਈ ਲੈਣਾ ਦੇਣਾ ਹੈ ਆਪਾਂ ਨੂੰ ਕਿ ਨਹੀਂ? ਜਾਂ ਗਗਨ ਬਾਈ ਹੋਰੀ ਐਵੇਂ ਗੱਲਾਂ ਕਰੀ ਜਾਂਦੇ ਨੇ? ਸੋ ਜੇ 905-601-1350 'ਤੇ ਜੇ ਤੁਹਾਨੂੰ ਲੱਗਦਾ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਕੋਈ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਕੀ ਗ੍ਰੋਸਰੀ ਨੂੰ ਲੈ ਕੇ ਸਾਡੀਆਂ ਜਿਹੜੀਆਂ ਰੋਜ਼ਮਰਾ ਦੀ ਲਾਈਫ ਦੇ ਵਿੱਚ ਜਿਹੜੀਆਂ ਕੋਸਟ ਨੂੰ ਲੈ ਕੇ ਕੋਈ ਕੰਸਰਨ ਹੈ, ਤੁਹਾਨੂੰ ਲੱਗਦਾ ਕਿ ਰੇਟ ਬਹੁਤ ਵਧੇ ਹੋਏ ਨੇ ਜੇ ਇੱਕ ਵਾਰੀ ਵੱਧ ਜਾਂਦੇ? ਅੱਛਾ ਗਗਨ ਬਾਈ, ਇਸ ਇੱਕ ਚੀਜ਼ ਹੋਰ ਜਿਹੜੀ ਨੋਟਿਸ 'ਚ ਆਈ ਹੈ ਕਿ ਮੰਨ ਲੈਂਦੇ ਕਈ ਵਾਰੀ ਟੈਂਪਰੇਰੀ ਬੇਸਿਸ ਦੇ ਉੱਪਰ ਕੁਛ ਪ੍ਰੋਡਕਟ ਦੇ ਜਾਂ ਕੁਛ ਚੀਜ਼ਾਂ ਦੇ ਰੇਟ ਵਧਾ ਦਿੱਤੇ ਜਾਂਦੇ ਨੇ, ਹਾਂਜੀ, ਅਤੇ ਉਹਦਾ ਕੋਈ ਨਾ ਕੋਈ ਲੋਜਿਕ ਜਾਂ ਰੀਜ਼ਨ ਦੇ ਦਿੱਤਾ ਜਾਂਦਾ ਕਿ ਕਿਤੇ ਕੋਈ ਸਟ੍ਰਾਈਕ ਹੋ ਗਈ ਸੀ ਜਾਂ ਕਿਤੇ ਸਪਲਾਈ ਕੱਟ ਗਈ ਸੀ ਜਾਂ ਕੁਛ ਵੀ ਹੋਇਆ, ਚਾਹੇ ਈਵਨ ਰਸ਼ੀਆ ਯੂਕਰੇਨ ਦਾ ਰੈਫਰੈਂਸ ਦੇ ਕੇ ਕਦੀ ਲੋਜੀ ਉੱਧਰੋਂ ਸਾਡੇ ਕੰਟੇਨਰ ਨਹੀਂ ਪਹੁੰਚੇ, ਸ਼ਿਪ ਨਹੀਂ ਪਹੁੰਚੇ, ਬਹੁਤ ਸਾਰੇ ਲੋਜਿਕ ਦੇ ਕੇ ਅਤੇ ਉਹਨਾਂ ਦੇ ਰੇਟ ਕੁਛ ਟਾਈਮ ਦੇ ਲਈ ਵਧਾ ਦਿੱਤੇ ਜਾਂਦੇ ਆ, ਬਿਲਕੁਲ ਜੀ, ਅਤੇ ਕਦੀ ਉਹ ਰੇਟ ਉਸੇ ਪ੍ਰਪੋਰਸ਼ਨ 'ਚ ਮੁੜ ਕੇ ਘਟੇ ਵੀ ਦੇਖੇ ਨੇ? ਦੇਖੋ ਇੱਕ ਗੱਲ ਤਾਂ ਹੈ ਜੀ, ਹੁਣ ਅੱਜ ਕੱਲ੍ਹ ਜਿਹੜਾ ਉੱਧਰ ਸੀ ਵਗੈਰਾ 'ਚ ਚੱਲਿਆ ਹੋਇਆ ਰੇਟ ਕਾ ਜਿਹਾ, ਹੈ ਨਾ, ਉਹਦੇ ਕਰਕੇ ਕੰਟੇਨਰ ਦੇ ਪ੍ਰਾਈਸ ਦਾ ਆਪਣੇ ਉਹੋ ਜਿਹਾ ਕੰਮ ਵੀ ਘਟਿਆ। ਬਟ ਤੁਹਾਨੂੰ ਇੱਕ ਹੋਰ ਪੁਆਇੰਟ ਦੱਸਾਂ, ਤੁਸੀਂ ਹੈਰਾਨ ਹੋਵੋਗੇ, ਜਦੋਂ ਕਰੋਨਾ ਸ਼ੁਰੂ ਹੋਇਆ, ਹਾਂਜੀ, ਇਹਨਾਂ ਨੇ ਟਰੈਕਿੰਗ ਕੰਪਨੀਆਂ ਨੂੰ ਰੇਟ ਜਮ੍ਹਾਂ ਹੀ ਪ੍ਰਾਈਸ, ਜਿਵੇਂ ਕਹਿ ਲਓ ਵੀ ਜਿਹੜਾ ਕੈਲੀਫੋਰਨੀਆ ਤੋਂ ਲੋਅਰ 8,000 ਨੂੰ ਆਉਂਦਾ ਸੀ ਨਾ ਪਹਿਲਾਂ, ਹਾਂਜੀ, ਉਹ 4,000-5,000 ਨੂੰ ਆਇਆ, ਅਤੇ ਜਿਹੜਾ ਪ੍ਰੋਡਿਊਸਰ ਨੇ ਉੱਧਰੋਂ ਚੱਕਿਆ ਉਹ ਕਾਇੰਡ ਆਫ ਫ੍ਰੀ ਵਾਂਗੂ, ਓਕੇ, ਕਿਉਂਕਿ ਟਰੱਕ ਬਹੁਤ ਘੱਟ ਗਏ ਸੀ, ਬਟ ਲੋਕਾਂ ਨੂੰ ਤਾਂ ਡਿਮਾਂਡ ਸੀ ਵੀ ਗਰੋਸਰੀ ਤਾਂ ਲੈਣੀ ਆ ਸੀ, ਰਾਈਟ, ਅਤੇ ਉਦੋਂ ਪਰ ਉਦੋਂ ਵੀ ਸਟੋਰਾਂ ਨੇ ਪ੍ਰਾਈਸ ਉੱਚੇ ਚੱਕੇ, ਉਦੋਂ ਬਾਅਦ ਅੱਜ ਤੱਕ ਨਹੀਂ ਘਟੇ, ਓਕੇ। ਸੋ ਜੇ ਜੇ ਹੁਣ ਤੁਸੀਂ ਸੋਚਦੇ ਹੋਵੋ ਕਿ ਕੋਈ ਸਰਕਾਰਾਂ ਦੇ ਹੱਥ ਦੇ ਵਿੱਚ ਹੈ ਕਿ ਜਾਂ ਇਹ ਬਿਜ਼ਨਸ ਦੇ ਹੱਥ 'ਚ ਹੈ ਸਾਰਾ ਕੁਛ? ਨਹੀਂ ਦੇਖੋ, ਸਰਕਾਰ ਹੀ ਕਾਰਪੋਰੇਟ ਦੇ ਹੱਥ 'ਚ ਹੈ ਜੀ। ਅੱਛਾ, ਨਹੀਂ ਤਾਂ ਇਹ ਮੋਨੀਟਰ ਨਹੀਂ ਕਰ ਸਕਦੇ ਵੀ ਲੋਕਾਂ ਨੂੰ ਕਿੰਨੇ ਦਾ ਆ ਰਿਹਾ, ਕਿੰਨੇ ਦਾ ਪਹੁੰਚ ਰਿਹਾ। ਹੁਣ ਕਈ ਬਾਈ ਸੋਚਣਗੇ ਇਹਨੂੰ ਕਿਵੇਂ ਪਤਾ, ਬਾਈ ਜੀ ਮੈਨੂੰ ਨਹੀਂ ਪਤਾ, ਇਹ ਹਰੇਕ ਡਰਾਈਵਰ ਨੂੰ ਪਤਾ, ਆ ਮੇਰੇ ਕੋਲ ਲੋਡ ਕਨਫਰਮੇਸ਼ਨਾਂ ਨੇ ਜੀ। ਅੱਛਾ, ਤੁਹਾਡਾ ਜਿਹੜੇ ਪਾਸੇ ਨੂੰ ਕੈਮਰਾ, ਇਹਦੇ 'ਤੇ ਸਾਰੇ ਪ੍ਰਾਈਸ ਲਿਖੇ ਹੁੰਦੇ ਆ, ਇਹ ਹਰ ਡਰਾਈਵਰ ਕੋਲ ਪੇਪਰ ਹੁੰਦਾ। ਸੋ ਉਹਦੇ 'ਚ ਜਿਹੜਾ ਜਿੱਥੇ ਕਿੰਨੇ ਦਾ ਚੁੱਕਿਆ ਗਿਆ ਅਤੇ ਕਮੋਟ ਕੇ ਕਿੰਨੇ ਦਾ ਅੱਗੇ, ਉਸੇ ਸ਼ੋਪ ਦੇ ਵਿੱਚ ਹੀ ਜਾ ਕੇ ਤੁਸੀਂ ਆਪ ਹੀ ਡਰੋਪ ਕਰਕੇ ਮੈਨੂੰ ਦੱਸ ਰਿਹਾ ਸੀ ਜਿੰਨੇ ਦਾ ਅਸੀਂ ਸਮਾਨ ਉੱਥੇ ਛੱਡਿਆ, ਉਸ ਤੋਂ ਕਈ ਗੁਣਾ ਜ਼ਿਆਦਾ ਪ੍ਰਾਈਸ ਪੇ ਕਰਕੇ ਨੂੰ ਪੈ ਰਿਹਾ ਸੀ, ਤੇ 6 ਗੁਣਾ ਤੇ ਮੈਂ ਆਲਮੋਸਟ ਖਰੀਦਿਆ ਸੀ, ਸੇਮ ਉਸੇ ਸਟੋਰ 'ਚ, ਉਸੇ ਸਟੋਰ ਤੇ ਫਟੀਨੋ ਲੋਬਲਾ ਦਾ ਹੀ ਪਾਰਟ ਆ ਜਿੱਥੇ ਤੁਸੀਂ ਛੱਡਿਆ। ਹਾਂਜੀ ਹਾਂਜੀ, ਪਰ ਮੈਂ ਅਗੇਨ ਦੁਬਾਰਾ ਫਿਰ ਕਹਿਣਾ, ਹੋ ਸਕਦਾ ਉਹਨਾਂ ਨੇ ਆਪਣੇ ਜਿਹੜੇ ਉਹ ਖਰਚੇ ਐਡ ਆਨ ਕਰਕੇ ਜਾਂ ਹੋਰ ਸਾਰਾ ਕੁਝ, ਕਿੰਨਾ ਕੁ ਹੋ ਜੂ? ਚਲੋ ਤੁਸੀਂ ਮੰਨ ਲਓ ਵੀ ਮੈਂ ਉਹ ਲਿਆ ਕੇ ਤੇ ਬ੍ਰੈਂਪਟਨ ਹੀ ਉਤਾਰਿਆ ਸੀ ਮੈਂ, ਇੱਥੇ ਗੋਰਵੇ ਦੇ ਉੱਪਰ ਜਿਹੜਾ ਇਹਨਾਂ ਦਾ ਵੇਅਰ ਹਾਊਸ ਨਾ, ਉੱਥੇ ਉਤਾਰਿਆ ਸੀ, ਉਸ ਤੋਂ ਬਾਅਦ ਚਲੋ ਇੱਥੇ ਪਹੁੰਚਾਉਣ ਦਾ ਵੀ, ਸਟੋਰਾਂ 'ਤੇ ਪਹੁੰਚਾਉਣ ਦਾ, ਹੈ ਨਾ, ਠੀਕ ਆ, ਉਹਨਾਂ ਨੇ ਆ ਗਏ ਇਕੁਇਪਮੈਂਟ ਲਿਆ ਪਿਆ, ਆਲ ਦੈਟ, ਚਲੋ $2 ਹੋਰ ਖਰਚਾ ਹੋਇਆ, 4, ਚਲੋ ਤੁਸੀਂ ਸੋਚ ਲਓ ਬਾਈ 2 ਬਚਾਉਣਾ, 6, ਤੁਸੀਂ 5-6 ਗੁਣਾ 'ਤੇ ਵੇਚ ਰਹੇ ਹੋ, ਇੱਕ ਪਾਸੇ ਇੰਟਰਸਟ ਰੇਟ ਵਧਣ ਨਾਲ ਲੋਕਾਂ ਦਾ ਵੈਸੇ ਹੀ ਸਭ ਦਾ ਵੀ ਕਿੰਨਾ ਜ਼ਿਆਦਾ ਖਰਚਾ ਵੱਧ ਗਿਆ, ਪੇਮੈਂਟਾਂ ਡਬਲ ਹੋ ਗਈਆਂ, ਹੈ ਨਾ, ਦੂਸਰੇ ਪਾਸੇ ਗਰੋਸਰੀ ਵਾਲੇ ਇਹ ਕਹਿੰਦੇ ਵੀ ਚਲੋ ਕੋਈ ਚੱਕਰ ਨਹੀਂ, ਆਪਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਗਾ, ਉਹੀ ਗੱਲ ਨਾ, ਕੋਈ ਮੋਨੀਟਰ ਹੀ ਨਹੀਂ ਕਰ ਰਿਹਾ। ਅਤੇ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਹੋਰ ਕਹਿੰਦੇ ਯੂਕਰੇਨ ਨੂੰ ਚੱਲ ਲਓ ਜਿਹੜੀ 500 ਮਿਲੀਅਨ ਹੋਰ ਚੱਕ। ਪਰ ਜੇ ਉਹਦੇ 'ਤੇ ਵੀ ਅਸੀਂ ਗੱਲ ਕੀਤੀ ਸੀ ਵੀ ਕੈਨੇਡਾ ਦਾ ਜੇ ਬਹੁਤ ਥੋੜ੍ਹਾ ਏਡ ਦੇ ਰਿਹਾ, ਬਾਕੀ ਕਈ ਦੇਸ਼ ਤਾਂ ਕੈਨੇਡਾ ਨਾਲੋਂ ਵੀ ਵੱਧ ਯੂਕਰੇਨ ਨੂੰ ਸਪੋਰਟ ਕਰ ਰਹੇ ਨੇ ਫਾਈਨੈਂਸ਼ੀਅਲ ਤੌਰ ਦੇ ਉੱਤੇ। ਅਤੇ ਸਰ ਕੈਨੇਡਾ ਦਾ ਤੁਸੀਂ ਦੇਖੋ ਨਾ ਵੀ ਆਮ ਬੰਦੇ ਦਾ ਹਾਲ, ਮੈਂ ਹੁਣ ਆਮ ਬੰਦਾ, ਠੀਕ ਹੈ ਜੀ, ਹੋਰ ਜਿੰਨੇ ਵੀ ਬੰਦੇ ਕੰਮ ਕਰਦੇ ਨੇ ਆਲ ਦੈਟ, ਸਾਰਿਆਂ ਦਾ ਦੇਖੋ ਹੁਣ ਗਰੋਸਰੀ ਲੈਣ ਤੋਂ ਪਹਿਲਾਂ ਸੋਚੀ ਕਿੰਨੇ ਦਾ ਰੇਟ ਆ, ਕਿੰਨੇ ਦਾ ਕਿੰਨਾ, ਚੱਲ ਦੇਖ ਲਓ ਇੰਨੇ ਕੁ ਨਾ। ਹਾਂਜੀ, ਚਲੋ ਆਏ ਹੁਣ ਹਾਲ, ਦਾਲਾਂ ਮਹਿੰਗੀਆਂ ਹੋਈਆਂ ਨੇ ਕਿਉਂਕਿ ਇੰਡੀਆ ਤੋਂ ਚਾਈਨਾ ਸਾਈਡ ਤੋਂ ਜਿੰਨੇ ਕੰਟੇਨਰ ਆਉਂਦੇ ਨੇ ਉਹ ਰੇਟ ਵਧੇ ਨੇ ਉਹਨਾਂ ਦੇ, ਠੀਕ ਹੈ, ਉਹ ਰੈੱਡ ਸੀ 'ਚ ਜੋ ਚੱਲ ਰਿਹਾ। ਬਟ ਦੂਜੇ ਪਾਸੇ ਆ ਵੀ ਦਾਲਾਂ ਕੈਨੇਡਾ 'ਚ ਆਪ ਬਹੁਤ ਹੁੰਦੀਆਂ ਨੇ, ਅੱਛਾ, ਇਹਨਾਂ ਕੋਲ ਆਪਦੀ ਬਹੁਤ ਪ੍ਰੋਡਕਸ਼ਨ। ਹਾਂਜੀ, ਆਈ ਡੋਂਟ ਨੋ ਵੀ ਕਿਉਂ ਜਿਹੜੇ ਇੰਡੀਅਨ ਸਟੋਰ ਨੇ ਜਾਂ ਜੋ ਵਾਲਮਾਰਟ ਵਗੈਰਾ ਨੇ ਜਾਂ ਫਟੀਨੋ ਨੇ, ਉਹ ਮੇਡ ਇਨ ਇੰਡੀਆ ਹੀ ਕਿਉਂ ਰੱਖਦੇ ਆ। ਅੱਛਾ ਅੱਛਾ, ਇਹਦੇ ਵਿੱਚ ਇੱਕ ਚੀਜ਼ ਹੋਰ ਦੱਸੋ, ਮਿਲਾਵਟ ਨੂੰ ਲੈ ਕੇ ਜਾਂ ਜਿਹੜਾ ਇਸ ਤਰ੍ਹਾਂ ਦਾ ਕਈ ਵਾਰੀ ਕੁਆਲਿਟੀ ਨੂੰ ਲੈ ਕੇ ਤੁਹਾਡਾ ਉਹਦੇ 'ਤੇ ਕੀ ਖਿਆਲ ਹੈ ਕਿ ਮਿਲਾਵਟ ਬਹੁਤ ਹੋ ਰਹੀ ਹੈ ਇੱਥੇ ਸਾਡੇ ਕੋਲ ਜਿਹੜੇ ਸਬ ਸਟੈਂਡਰਡ ਪ੍ਰੋਡਕਟਸ ਪਹੁੰਚਦੇ ਨੇ ਕਿ ਜਾਂ ਬੈਸਟ ਕੁਆਲਿਟੀ ਪ੍ਰੋਡਕਟਸ ਪਹੁੰਚਦੇ? ਇਹਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਯੂਟਿਊਬ 'ਤੇ ਜਾ ਕੇ ਤੁਸੀਂ ਦੇਖ ਲਿਓ, ਇੱਕ ਹੈਲਥ ਇੰਸਪੈਕਟਰ ਆਫਿਸਰ ਹੋਏ ਨੇ, ਡਿਸਟ੍ਰਿਕਟ ਹੈਲਥ ਆਫਿਸਰ, ਹਾਂਜੀ, ਹੁਸ਼ਿਆਰਪੁਰ ਦੇ, ਉਹਨਾਂ ਨੇ ਰੇਡ ਮਾਰੀ ਸੀ ਇੱਕ ਗੰਨੇ ਦਾ, ਗੰਨੇ ਦੀ ਘਲਾੜੀ 'ਤੇ,
ਅਤੇ ਉਹ ਗੁੜ ਇੱਥੇ ਦੀ ਇੱਕ ਲੋਕਲ ਕੰਪਨੀ ਮੈਂ ਨਾਂ ਨਹੀਂ ਲੈਣਾ, ਅੱਛਾ, ਉਹਨਾਂ ਦਾ ਪ੍ਰੋਡਕਟ ਬਣ ਕੇ ਉਹਨਾਂ ਦੀ ਸਟੈਂਪ ਲਾ ਕੇ ਉਹ ਇੱਥੇ ਆ ਰਿਹਾ ਸੀ, ਬਣ ਰਿਹਾ ਸੀ ਉੱਥੇ ਇੰਡੀਆ 'ਚ, ਬਣ ਰਿਹਾ ਸੀ ਪੰਜਾਬ 'ਚ ਹੁਸ਼ਿਆਰਪੁਰ ਦੇ ਨੇੜੇ ਤੇੜੇ, ਠੀਕ ਹੈ, ਅਤੇ ਉਹਦੀ ਕੁਆਲਿਟੀ ਤੁਸੀਂ ਸੋਚ ਨਹੀਂ ਸਕਦੇ, ਬਾਥਰੂਮ ਖੁੱਲ੍ਹਾ ਪਿਆ ਉੱਥੇ ਅਤੇ ਉਹਦੇ ਅੰਦਰ ਹੀ ਉਹ ਬਣਾਈ ਜਾਂਦੇ ਆ, ਚੱਪਲਾਂ ਪਾਈਆਂ ਕੋਈ, ਜਿਵੇਂ ਚਲੋ ਮਾਸਕ ਮੂਸਕ ਪਾਉਂਦਾ ਚਲੋ ਆਪਣੇ ਰਿਵਾਜ਼ ਹੀ ਹੈ ਨਹੀਂ, ਮਤਲਬ ਉਹ, ਅਤੇ ਉਹਦੇ 'ਤੇ ਲਿਖ ਵੀ ਰਿਹਾ ਸੀ ਪ੍ਰੋਟੀਨ ਇੰਨੇ ਪਰ ਇੰਨਾ ਪਰਸੈਂਟ, ਇੰਨੇ ਪਰਸੈਂਟ, ਇੰਨੇ ਪਰਸੈਂਟ, ਉਹ ਯੂਟਿਊਬ 'ਤੇ ਵੀਡੀਓ ਪਈ ਆ, ਤੁਹਾਨੂੰ ਲੱਭ ਕੇ ਮੈਂ ਸ਼ੇਅਰ ਕਰ ਦੂੰ, ਮਤਲਬ ਕੋਈ ਪੁੱਛਣ ਵਾਲਾ ਹੈ ਨਹੀਂ, ਹੁਣ ਦੇਖੋ ਪਹਿਲਾਂ ਸਿੰਗਾਪੁਰ ਨੇ ਫਿਰ ਯੂਰਪ ਨੇ ਉਹ ਮਸਾਲਿਆਂ 'ਤੇ ਬੈਨ ਲਾਇਆ, ਹਾਂਜੀ, ਜਿਹੜੇ ਉਹ MDH ਜਾਂ ਕਿਹੜੇ ਸੀ ਹੈ ਨਾ, ਹਾਂਜੀ, ਉਹ ਅੱਜ ਵੀ ਇਸ 'ਤੇ ਮਿਲੀ ਜਾਂਦੇ ਆ, ਓਕੇ, ਅੱਛਾ, ਤੁਸੀਂ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਕਈ ਹੋਰ ਦੇਸ਼ਾਂ ਦੇ ਵਿੱਚ ਬੈਂਡ ਨੇ ਉਹ ਸਾਡੇ ਇੱਥੇ ਕੈਨੇਡਾ 'ਚ ਤਰ੍ਹਾਂ ਲੈਣਾ ਵਿਕ ਰਹੀਆਂ ਨੇ, ਜਿੱਥੇ ਹੁਣ ਦੇਖੋ ਕਣਕ ਹੀ ਪੱਕ ਰਹੀ ਹੈ ਸਪਰੇਆਂ ਨਾਲ ਦੀ, ਮੱਕੀ ਜਿਹੜੀ ਅਸੀਂ ਕਰਦੇ ਹਾਂ ਨਾ ਚੁਕਵਾਉਂਦੇ ਹਾਂ ਉਹਦੇ 'ਤੇ ਵੀ ਸਾਰਾ ਕੁਛ ਉਹੀ ਸਪਰੇਅ। ਤੁਸੀਂ ਮੈਂ ਦੁਬਾਰਾ ਫਿਰ ਅੱਗੇ ਆਉਣਾ ਚਾਹੁੰਦਾ ਇਸ ਗੱਲ ਨੂੰ, ਕਦੇ ਅੱਗੇ ਹੋਰ ਕਿਸੇ ਥਾਂ ਦੇ ਉੱਤੇ ਨੂੰ ਪਹੁੰਚਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਿਰਫ ਆਪਣੀ ਇੰਟਰਵਿਊ ਤੱਕ ਇੱਕ ਦੋ ਟੀ ਵੀ ਚੈਨਲਸ ਨਾਲ ਗੱਲਬਾਤ ਹੋ ਰਹੀ ਹੈ, ਜਦੋਂ ਮੈਂ ਵੀ ਕੰਮ 'ਤੇ ਸੀ ਬਿਜ਼ੀ ਸੀ ਹੈ ਨਾ, ਹਾਂਜੀ, ਸੋ ਬਟ ਇਹ ਤਾਂ ਬਹੁਤ ਵੱਡਾ ਇਸ਼ੂ ਹੈ, ਤਾਂ ਇਹਨਾਂ ਨੂੰ ਤਾਂ ਮੇਨ ਸਟ੍ਰੀਟ ਨੂੰ ਚੱਕਣਾ ਚਾਹੀਦਾ ਜੀ, ਇਹ ਤਾਂ ਬਹੁਤ ਵੱਡਾ ਇਸ਼ੂ ਹੈਗਾ, ਜੇ ਹੈਲਥੀ ਨਹੀਂ ਰਹੇਗੀ ਫਿਰ ਪਿੱਛੇ ਵੀ ਕੀ ਰਹਿ ਗਿਆ। ਓਕੇ, ਸੋ ਦੋਸਤੋ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, ਗਗਨ ਧਾਲੀਵਾਲ ਹੋਣੀ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਹਾਜ਼ਰ ਹੋਏ ਸੀ। ਸੋ ਕਿਉਂਕਿ ਇਹ ਖੁਦ ਟਰੈਕਿੰਗ ਇੰਡਸਟਰੀ ਦੇ ਵਿੱਚ ਨੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਚੀਜ਼ਾਂ ਨੂੰ ਜਦੋਂ ਅਮੈਰੀਕਾ ਤੋਂ ਪਿੱਕ ਕਰਕੇ ਡਰਾਈਵਰ ਦੇ ਤੌਰ ਦੇ ਉੱਤੇ ਉੱਥੋਂ ਲੈ ਕੇ ਇੱਥੇ ਕੈਨੇਡਾ ਦੇ ਸਟੋਰਸ ਦੇ ਉੱਪਰ ਪਹੁੰਚਦਾ ਕਰਦੇ ਆ, ਤਾਂ ਜਿਹੜਾ ਕੋਸਟ ਦੇ ਵਿੱਚ ਡਿਫਰੈਂਸ, ਇੱਕ ਤਾਂ ਇਹ ਉਹਨਾਂ ਦਾ ਕੰਸਰਨ ਹੈ, ਦੂਸਰਾ ਇਹ ਹੈ ਕਿ ਜਿਹੜੇ ਪ੍ਰੋਡਕਟ ਦੀ ਕੁਆਲਿਟੀ ਦੇ ਉੱਤੇ ਜਾਂ ਸਮਾਨ ਜਿਹੜਾ ਅਸੀਂ ਇੱਥੇ ਲੈ ਰਹੇ ਹਾਂ ਉਹਨੂੰ ਸਬ ਸਟੈਂਡਰਡ ਤਰੀਕੇ ਦੇ ਨਾਲ ਇੱਥੇ ਕੈਨੇਡੀਅਨਸ ਨੂੰ ਵੇਚਿਆ ਜਾਂਦਾ, ਜਿੱਥੇ ਅਸੀਂ ਸ਼ਾਇਦ ਸਾਡੇ ਮਨ 'ਚ ਕਿਤੇ ਨਾ ਕਿਤੇ ਇੱਕ ਸਾਨੂੰ ਫਖਰ ਜਿਹਾ ਹੋਣਾ ਕਿ ਪਤਾ ਨਹੀਂ ਅਸੀਂ ਤਾਂ ਬੈਸਟ ਟੂ ਬੈਸਟ ਚੀਜ਼ਾਂ ਸਾਡੇ ਤੱਕ ਪਹੁੰਚਦੀਆਂ ਨੇ ਅਤੇ ਅਸੀਂ ਉਹਨਾਂ ਨੂੰ ਕੰਜ਼ਿਊਮ ਕਰ ਰਹੇ ਹਾਂ। ਸੋ ਇਹ ਵੀ ਇਹਨਾਂ ਦਾ ਇੱਕ ਸਵਾਲ ਹੈ। ਸੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕੀ ਇਸ ਬਾਰੇ ਕੋਈ ਸੀਰੀਅਸ ਤੌਰ ਦੇ ਉੱਤੇ ਕੋਈ ਸੰਸਥਾਵਾਂ ਜਾਂ ਕਿਸੇ ਤਰ੍ਹਾਂ ਦੇ ਨਾਲ ਕੋਈ ਲੋਕਾਂ ਦੇ ਜਿਹੜੇ ਗਰੁੱਪਸ ਨੇ ਉਹ ਕੋਈ ਐਫਰਟ ਕਰਨਾ ਚਾਹੁੰਦੇ ਨੇ ਜਾਂ ਕਰਦੇ ਨੇ, ਇਹਦੇ 'ਤੇ ਵੀ ਜ਼ਰੂਰ ਖਿਆਲ ਰੱਖਣ ਵਾਲੀ ਗੱਲ ਹੋਣੀ ਆਉਣ ਵਾਲੇ ਟਾਈਮ 'ਚ। ਗਗਨ ਬਾਈ ਕੁਛ ਹੋਰ ਕਹਿਣਾ ਹੋਵੇ ਅਖੀਰ ਦੇ ਵਿੱਚ? ਬਸ ਜੀ, ਬਹੁਤ ਬਹੁਤ ਮਿਹਰਬਾਨੀ ਸਮੇਂ ਲਈ ਜੀ। ਬਾਕੀ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਵੀ ਅਸੀਂ ਟਰੱਕਾਂ ਵਾਲੇ ਸਮਾਨ ਲੈ ਕੇ ਆਉਣੇ, ਉਹ ਵੀ 5-6 ਗੁਣਾ ਜਦੋਂ ਵੱਧ 'ਤੇ ਖਰੀਦਦੇ ਹਾਂ। ਹਾਂਜੀ, ਤੁਹਾਨੂੰ ਡਰ ਨਹੀਂ ਲੱਗਦਾ ਵੀ ਜੇ ਕੋਈ ਕਹਿਣਾ ਯਾਰ ਇਹ ਤਾਂ ਤੁਸੀਂ ਡਿਸਕਲੋਜ਼ ਕਰੀ ਜਾਂਦੇ ਹੋ, ਸਾਡੀਆਂ ਪ੍ਰਾਈਵੇਸੀ ਹੁੰਦੀ ਹੈ, ਸਾਡੀਆਂ ਇਹ ਚੀਜ਼ਾਂ ਨੂੰ ਕਿਉਂ ਕਰ ਲੈਣ? ਮੈਂ ਤਾਂ ਕਹਿੰਦਾ ਕਰਨ, ਕਾਫੀ ਚਿਰ ਹੋਇਆ ਕੋਈ, ਅੱਛਾ, ਕੋਈ ਕੇਸ ਨਹੀਂ ਹੋਇਆ ਕਿਸੇ ਨੇ ਕੀਤਾ? ਸਰ ਦੇਖੋ, ਪ੍ਰਾਈਵੇਸੀ ਤਾਂ ਹੋਵੇ ਜੇ ਮੈਂ ਚੱਕਿਆ ਹੋਵੇ। ਅੱਛਾ, ਠੀਕ ਹੈ ਨਾ, ਤੁਹਾਨੂੰ ਸਾਰਿਆਂ ਦੇ ਲਈ ਜਗ ਜਾਹਰ ਹੈ। ਹਾਂ, ਮੈਂ ਕਿਸੇ ਮਤਲਬ ਕਿ ਸੋਰੀ ਕਿਸੇ ਆਫਿਸ ਦੇ ਵਿੱਚੋਂ ਜਾ ਕੇ ਪੇਪਰ ਚੱਕੇ ਹੋਣ, ਹਰ ਡਰਾਈਵਰ ਨੂੰ ਪੇਪਰ ਮਿਲਦੇ ਆ, ਹਰ ਇੱਕ ਨੂੰ ਪਤਾ ਵੀ ਜੋ ਮੈਂ ਲੈ ਕੇ ਆ ਰਿਹਾ ਕੈਲੀਫੋਰਨੀਆ ਜਾਂ ਕਿਤੋਂ ਐਰੀਜ਼ੋਨਾ ਟੈਕਸਸ ਤੋਂ। ਅੱਛਾ, ਅਤੇ ਟਰੈਕਿੰਗ ਦੇ ਰੇਟ ਇਸ ਵੇਲੇ ਬਹੁਤ ਮਾੜੇ ਨੇ। ਮਿਆਮੀ 1500 ਮੀਲ ਆ ਜਦੋਂ 2500 ਆਉਂਦਾ US ਨੂੰ ਲੋਡ ਆਉਂਦਾ। ਹਾਂਜੀ, ਅਤੇ ਬਟ ਉਹ ਜੋ ਪ੍ਰੋਫਿਟ ਆ ਉਹਨਾਂ ਨੇ ਆਪਦਾ ਪ੍ਰੋਫਿਟ ਤਾਂ ਕੱਟ ਨਹੀਂ ਕੀਤਾ, ਉਲਟਾ ਟਰੈਕਿੰਗ ਵਾਲਿਆਂ ਦਾ ਕੱਟ ਕਰ ਲਿਆ। ਸਟੋਰਸ ਵਗੈਰਾ ਨੇ ਜੋ ਸਾਰੇ ਉਹ ਵੀ ਵੇਚ ਰਹੇ ਨੇ ਸਮਾਨ। ਹਾਂਜੀ, ਹੁਣ 2-3 ਮਹੀਨੇ ਸਾਹ ਆਊਗਾ ਕਿਉਂਕਿ ਲੋਕਲ ਅੰਟੈਰੀਓ ਦਾ ਪ੍ਰੋਡਿਊਸ ਚੱਲੂਗਾ। ਹਾਂਜੀ, ਹੁਣ ਪ੍ਰੋਡਿਊਸ ਦੇ ਰੇਟ ਘਟਣਗੇ। ਅੱਛਾ, ਡੇਰੀ ਪ੍ਰੋਡਕਟ ਦਾ, ਸੋਰੀ ਮੈਂ ਪੁੱਛਣਾ ਚਾਹੁੰਦਾ ਸੀ, ਡੇਰੀ ਪ੍ਰੋਡਕਟ ਦੇ ਬਾਰੇ 'ਚ ਕੋਈ ਖਾਸ ਤੁਹਾਡੇ ਕੋਲ ਹੋਵੇ ਵੀ ਇੱਥੇ ਕੈਨੇਡਾ ਦੇ ਵਿੱਚ ਜਾਂ ਬਰੈਂਪਟਨ ਜਾਂ GTA ਦੇ ਵਿੱਚ ਜਿਹੜਾ ਉਹ ਡੇਰੀ ਪ੍ਰੋਡਕਟਸ ਆਉਂਦੇ ਨੇ ਉਹਨਾਂ ਦੀ ਕੁਆਲਿਟੀ ਜਾਂ ਉਹਨਾਂ ਦੇ? ਅਮੈਰੀਕਾ ਨਾਲੋਂ ਚੰਗੀ ਹੈ ਜੀ। ਅੱਛਾ, ਉਹ ਕਿਵੇਂ? ਜੋ ਅਮੈਰੀਕਨ ਯੂਜ਼ ਕਰਦੇ ਨੇ ਆਪਣੀਆਂ ਕਾਓਜ਼ ਵਗੈਰਾ 'ਤੇ ਜੋ ਵੀ ਇੰਜੈਕਟ ਵਗੈਰਾ ਕਰਦੇ ਨੇ, ਰਾਈਟ? ਸੋ ਹਾਰਮੋਨਸ ਆਲ ਦਾ। ਅਮੈਰੀਕਾ 'ਚ ਤਾਂ ਕਹਿੰਦੇ ਡੇਰੀ ਪ੍ਰੋਡਕਟ ਸਸਤੇ ਵੀ ਬਹੁਤ ਹੈ, ਬਟ ਕੁਆਲਿਟੀ ਵਾਈਜ਼ ਜੀ ਜੋ ਮੈਂ ਨਿਊਜ਼ ਪੇਪਰ ਵਗੈਰਾ 'ਚ ਪੜ੍ਹਿਆ, ਕਈਆਂ 'ਚ ਪੜ੍ਹਿਆ ਕਿਸੇ। ਹਾਂਜੀ ਹਾਂਜੀ, ਸੋ ਤਾਂ ਹੀ ਪਹਿਲਾਂ ਕੈਨੇਡਾ ਨੇ ਬੈਨ ਕੀਤਾ ਸੀ ਅਮੈਰੀਕਨ ਨੂੰ ਮਿਲਕ ਪ੍ਰੋਡਕਟ ਨਹੀਂ ਆਉਣਾ ਇੱਥੇ। ਓਕੇ, ਹੁਣ ਬਟਰ ਵਗੈਰਾ ਆਉਣ ਲੱਗ ਗਿਆ। ਅੱਛਾ ਜੀ, ਸੋ ਇੰਡੀਆ ਤੋਂ ਵੀ ਕੋਈ ਜਿਹੜੇ ਇਸ ਤਰ੍ਹਾਂ ਦੇ ਪਨੀਰ ਹੋ ਗਿਆ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ, ਕੋਈ ਡੇਰੀ ਪ੍ਰੋਡਕਟ ਵਗੈਰਾ ਤੋਂ? ਉਹ ਤਾਂ ਇੰਡੀਆ ਤੋਂ, ਆਪਾਂ ਨੂੰ ਪਤਾ ਵੀ ਜਿੰਨੀ ਦੁੱਧ ਦੀ ਖਪਤ ਆ ਉਹਨਾਂ ਦੁੱਧ ਉੱਥੇ ਪੈਦਾ ਹੀ ਨਹੀਂ ਹੋ ਰਿਹਾ। ਉੱਥੇ ਤਾਂ ਸਾਰਾ ਕੁਛ ਜਲ ਹੀ ਆਉਣਾ ਹੀ ਆਉਣਾ ਜੀ, ਇੱਥੇ ਤਾਂ ਕੋਈ ਸ਼ੱਕ ਹੀ ਹੈ ਨਹੀਂ ਗਾ। ਨਕਲੀ ਦੁੱਧ ਤੋਂ ਹੀ ਤਿਆਰ ਹੋ ਰਹੀਆਂ ਬਹੁਤੀਆਂ ਚੀਜ਼ਾਂ। ਦੇਖੋ ਬਾਈ, ਜਦੋਂ ਆਪਾਂ ਸਾਰੇ ਪੜ੍ਹਦੇ ਹਾਂ ਜੀ ਅਖਬਾਰਾਂ 'ਚ, ਯੂਟਿਊਬ 'ਤੇ ਸਾਰਾ ਕੁਛ ਪਿਆ, ਹਾਂਜੀ, ਕਿਵੇਂ ਨਕਲੀ ਦੁੱਧ ਬਣਦਾ। ਹਾਂਜੀ, ਈਵਨ ਪੰਜਾਬ 'ਚ ਜਿੰਨੀ ਕੰਜਮਪਸ਼ਨ ਉਹਨਾਂ, ਪੰਜਾਬ 'ਚ ਦੁੱਧ ਹੀ ਨਹੀਂ ਪੈਦਾ ਹੋ ਰਿਹਾ। ਹਾਂਜੀ, ਹਰੇਕ ਨੂੰ ਦੁੱਧ ਆ ਜਾ ਚਾਹੀਦਾ ਪੰਜਾਬ 'ਚ, ਇੱਥੇ ਵੀ ਚੱਲ ਮੰਨ ਲਓ, ਇੱਥੇ ਪਰ ਨਹੀਂ ਗਿਆ ਆਪਣੇ ਹੱਥ 'ਚ। ਹਾਂਜੀ, ਪਰ ਉੱਥੇ ਕੋਈ ਮੱਝਾਂ ਗਾਵਾਂ ਰੱਖ ਕੇ ਰਾਜੀ ਨਹੀਂ। ਔਰਗੈਨਿਕ ਫੂਡ ਹਰੇਕ ਨੂੰ ਚਾਹੀਦਾ, ਬਟ ਹੁਣ ਇਹ ਦੇਖੋ, ਅਗਲਾ ਮੈਂ ਆਪਦੇ ਤੌਰ 'ਤੇ ਨਾ, ਮੈਂ ਕਿਸੇ ਨੂੰ ਔਰਗੈਨਿਕ ਬਾਏ ਕਰਕੇ ਮੈਂ ਕਿਤੇ ਚੈੱਕ ਕਰਾਊਂਗਾ ਇੱਥੇ।
ਓਕੇ ਵੀ ਔਰਗੈਨਿਕ ਹੈ ਕਿ ਨਾ ਹੈ, ਸੱਚਮੁੱਚ ਔਰਗੈਨਿਕ ਹੈ ਵੀ ਕਿ ਨਹੀਂ ਕਿ ਜਾਂ ਬਸ ਐਵੇਂ। ਮੈਂ ਪਿੱਛੇ ਜੇ ਲੋਡ ਚੱਕਿਆ ਸੀਗਾ ਜੀ ਇੱਥੇ ਨਿਆਗਰਾ ਤੋਂ, ਹਾਂਜੀ ਪ੍ਰੋਡਿਊਸ ਦਾ ਲੋਡ ਚੱਕਿਆ ਸੀ, US ਜਾਣਾ ਸੀ। ਅੱਜ ਮੈਂ ਗੱਲਾਂ ਕਰਨ ਲੱਗਿਆ ਉਹਦੇ ਨਾਲ, ਮੈਂ ਕਿਹਾ ਵੀ WHO ਦੀ ਰਿਪੋਰਟ ਆ ਬਲਾ ਬਲਾ ਬਲਾ, ਹਨਾ ਵੀ ਆਹ ਕਰਕੇ ਮੈਨੂੰ ਦਿਖਾਉਣ ਲੱਗ ਗਿਆ। ਹਾਂਜੀ ਕਹਿੰਦੀ ਮੈਨੂੰ 2 ਸਾਲ ਹੋਏ ਇੱਥੇ ਮੈਨੇਜਰ ਬਣੀ ਨੂੰ, ਵੀ ਇੱਥੇ ਮੈਂ ਐਜ਼ ਅ ਮੈਨੇਜਰ ਜੁਆਇਨ ਕੀਤਾ, ਆਈ ਸਟੋਪ ਈਟਿੰਗ ਵੈਜੀਟੇਰੀਅਨ। ਅੱਛਾ ਹੁਣ ਪਤਾ ਨਹੀਂ ਉਹਨੇ ਕਿਵੇਂ ਕਿਹਾ ਜਾਂ ਕੁਛ ਕਿਹਾ, ਬਟ ਲਾਈਕ ਆਹ ਚਲੋ ਫਾਈਂਡ ਆਊਟ ਤਾਂ ਕਰਨਾ ਚਾਹੀਦਾ ਜੀ। ਅੱਛਾ ਸੀ ਸਵੇਅਰ ਟੂ ਗੋਡ ਮੈਂ ਕਹਿ ਰਿਹਾ, ਕੁਛ ਝੂਠ ਵਾਲੀ ਗੱਲ ਨਹੀਂ ਹੈਗੀ। ਰਾਈਟ, ਫਿਰ ਉਹ ਕੀ ਕੰਜ਼ਿਊਮ ਕਰਦੇ ਆ? ਦੇਖੋ ਜੋ ਆਪ ਗ੍ਰੀਨ ਹਾਊਸ ਦੇ ਵਿੱਚ ਹੋ ਰਿਹਾ ਜੀ ਉਹ ਤਾਂ ਫਿਰ ਇੰਜੈਕਟ ਵਗੈਰਾ, ਪਹਿਲੀ ਗੱਲ ਜਿੰਨਾ ਵੀ ਇੱਥੇ ਪ੍ਰੋਡਿਊਸ ਆ GM ਫੂਡ ਹੈ ਸਾਰਾ ਜੈਨੇਟਿਕਲੀ ਮੋਡੀਫਾਈਡ। ਓਕੇ ਉਹ ਤੁਸੀਂ ਵੀ ਗੂਗਲ ਕਰ ਲਿਓ ਵੀ ਉਹਦੇ 'ਚ ਕੀ ਹੈ ਸਾਰਾ ਕੁਛ, ਇਹਨਾਂ ਨੇ ਆਰਟੀਫਿਸ਼ਲ ਬਣਾਤਾ ਸੀ ਵੀ ਬਿਮਾਰੀ ਨਾ ਲੱਗੇ, ਪ੍ਰੋਡਕਸ਼ਨ ਛੇਤੀ ਹੋਵੇ। ਹਾਂਜੀ ਸੋ ਉਹਦਾ ਜਦੋਂ ਬਿਮਾਰੀ ਨਾ ਲੱਗੇ ਤੁਸੀਂ ਉਹਨੂੰ ਮੋਡੀਫਾਈ ਕਰੋ। ਗਗਨ ਭਾਈ ਤੁਸੀਂ ਤਾਂ ਜਿਹੜੀਆਂ ਗੱਲਾਂ ਤੁਹਾਡੀਆਂ ਸੁਣ ਕੇ ਤਾਂ ਦਿਲ ਕਰਦਾ ਵੀ ਯਾਰ ਕੱਲ੍ਹ ਨੂੰ ਕੁਛ ਖਾਈਏ ਨਾ, ਫਿਰ ਖਾਣਾ ਕੀ ਆ, ਫਿਰ ਕਿੱਥੋਂ ਚੀਜ਼ਾਂ ਲੱਭਣੀਆਂ ਕਿੱਥੋਂ, ਦਾਲਾਂ ਵੀ ਤਾਂ। ਪਰ ਬਾਈ ਜੀ ਗੱਲ ਇਹ ਆ ਨਾ ਹੁਣ ਆਪਣੇ ਕੋਲ ਆਪਸ਼ਨ ਕੀ ਹੈ, ਮੈਂ ਉਹੀ ਤਾਂ ਪੁੱਛ ਰਿਹਾ ਵੀ ਲੋਕ ਵੀ ਸੋਚਣਗੇ ਕਿ ਭਾਈ ਵੀ ਤੁਸੀਂ ਜਿੱਦਾਂ ਹਰ ਚੀਜ਼ ਨੂੰ ਕਰਦਾ। ਮੈਂ ਜਦੋਂ ਗੱਲ ਕਰਦਾ ਸਾਡੇ ਪੰਜਾਬ ਮੇਰੇ ਜਿਹੜੇ ਦੋਸਤ ਨੇ ਤੇ ਉਹ ਤਾਂ ਕਹਿੰਦੇ ਬਾਈ ਜੀ ਆਪਦਾ ਕਿੱਲਾ ਲਾਈਦਾ ਔਰਗੈਨਿਕ ਦਾ, ਅੱਛਾ ਦੇਸੀ ਕਣਕ ਲਾਈਦੀ ਹੈ, ਤੁਸੀਂ ਸੁਣਾਓ ਫਿਰ ਕੈਨੇਡਾ ਵਾਲੇ ਕੀ ਕਰਾਂਗੇ? ਮੈਂ ਕਿਹਾ ਕਿਸ਼ਤਾਂ ਪੂਰੀਆਂ ਹੋ ਜਾਣ। ਦੇਖੋ ਇਹਦੇ 'ਤੇ ਮੈਂ ਪਿਛਲੇ ਦਿਨ ਇੱਕ ਦਿਨ ਮੈਂ ਵੀ ਇੱਕ 'ਤੇ ਪੜ੍ਹਦਾ ਸੀ, ਉਹ ਕਹਿੰਦੇ ਵੀ ਦੇਖੋ ਅਸੀਂ ਕਿੰਨੇ ਸੈਲਫਿਸ਼ ਹੋ ਗਏ ਹਾਂ ਕਿ ਅਸੀਂ ਕਹਿੰਦੇ ਵੀ ਆਪਣੇ ਪਰਿਵਾਰ ਦੇ ਲਈ ਅਸੀਂ ਔਰਗੈਨਿਕ ਬਣਾ ਰਹੇ ਹਾਂ ਅਤੇ ਬਾਕੀਆਂ ਨੂੰ ਵੇਚਣ ਦੇ ਲਈ ਅਸੀਂ ਸਪਰੇਆਂ ਕਰਕੇ ਜਾਂ ਹੋਰ ਸਾਰੀਆਂ ਖਾਦਾਂ ਖੁਦਾਂ ਪਾ ਕੇ ਉਹ ਵੇਚ ਰਹੇ ਹਾਂ। ਸੋ ਦੇਖੋ ਕਿੰਨੇ ਸੈਲਫਿਸ਼ ਹੋ ਗਏ ਅਸੀਂ। ਸੈਲਫਿਸ਼ ਹੋ ਗਿਆ ਜੀ, ਪਰ ਉੱਥੇ ਲੋਕ ਇੰਨੇ ਕੁ ਜ਼ਿਆਦਾ ਕਾਮਯਾਬ ਨੇ ਪੰਜਾਬ ਦੇ ਵਿੱਚ ਕਿ 3 ਕਿੱਲਿਆਂ ਦਾ 3.5 ਕਿੱਲੇ ਬਠਿੰਡੇ ਕੋਲ ਪਿੰਡ ਆ, ਉਹ ਜੱਟ ਕੋਲ ਜ਼ਮੀਨ ਕਿੱਲਾ ਆਪਦਾ, ਬਾਕੀ ਉਹ 2.5 ਕਿੱਲੇ ਠੇਕੇ 'ਤੇ ਲੈਂਦਾ। ਹਾਂਜੀ ਔਰਗੈਨਿਕ ਉਹ ਬੁੱਧਵਾਰ ਅਤੇ ਐਤਵਾਰ 2 ਦਿਨ ਬਠਿੰਡੇ ਜਾ ਕੇ ਵੇਚਦਾ, ਉਹ ਕਹਿੰਦਾ ਵੀ 35-40 ਮਿੰਟ ਲੱਗਦਾ ਮੇਰੀ ਸਬਜ਼ੀ ਵਿਕ ਜਾਂਦੀ ਹੈ। ਰਾਈਟ, ਅਤੇ ਉਹਨੇ 4 ਇੰਪਲੋਈ ਰੱਖੇ ਹੋਏ ਆ। ਹਾਂਜੀ ਰਾਈਟ, ਅਤੇ ਉਹਨੂੰ ਮੈਂ ਨਾਂ ਭੁੱਲ ਗਿਆ, ਇੱਕ ਤਾਂ HDFC ਬੈਂਕ ਨੇ ਉਹਨੂੰ ਹੁਣ ਗ੍ਰੀਨ ਹਾਊਸ ਬਣਾ ਦਿੱਤਾ ਫਰੀ ਆਫ ਕੋਸਟ। ਠੀਕ ਹੈ, ਇੱਕ ਅੰਬੂਜਾ ਸੀਮੈਂਟ ਵਾਲਿਆਂ ਨੇ ਉਹਨੂੰ ਮਤਲਬ ਕਿ ਸਨਮਾਨਿਤ ਕੀਤਾ ਸੀਗਾ, ਪੈਸੇ ਵੀ ਦਿੱਤੇ ਸੀਗੇ, ਉਹਦੇ ਘਰ ਖਾਣਾ ਖਾ ਗਏ ਸੀ ਉਹ ਆ ਕੇ। ਓਕੇ ਸੋ ਖੈਰ ਦੋਸਤੋ, ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਗਗਨ ਧਾਲੀਵਾਲ ਹੋਰਾਂ ਦੇ ਨਾਲ ਸਾਡੀ ਖਾਸ ਗੱਲਬਾਤ। ਉਮੀਦ ਕਰਦੇ ਹਾਂ ਕਿ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੀ ਗੱਲ ਸਾਡੀ ਚੰਗੀ ਲੱਗੀ ਹੋਣੀ ਹੈ, ਇੰਟਰਸਟਿੰਗ ਲੱਗੀ ਹੋਣੀ ਹੈ, ਅਤੇ ਕਿਸੇ ਰੂਪ 'ਚ ਹੋ ਸਕਦਾ ਤੁਸੀਂ ਇਹ ਜਿਹੜੀ ਸਾਡੀ ਗੱਲ ਕੀਤੀ ਗਈ ਹੈ ਉਹਨੂੰ ਅੱਗੇ ਤੋਰਨ ਦੇ ਵਿੱਚ ਵੀ ਸਾਥ ਦਿਓ। ਸੋ ਇੱਕ ਵਿਸ਼ਾ ਇੱਦਾਂ ਦਾ ਹੈ ਜਿਹੜਾ ਸ਼ਾਇਦ ਅਸੀਂ ਅੱਖਾਂ ਬੰਦ ਕਰੀ ਬੈਠੇ ਹਾਂ, ਸਾਨੂੰ ਇਉਂ ਲੱਗਦਾ ਹੈ ਕਿ ਕੋਈ ਗੱਲ ਨਹੀਂ, ਮੈਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ, ਜੇ ਪੈ ਰਿਹਾ ਹੋਣਾ ਤਾਂ ਕਿਸੇ ਹੋਰ ਨੂੰ ਪੈ ਰਿਹਾ ਹੋਣਾ। ਦੇਖੋ ਜੀ, ਮੈਂ ਤਾਂ ਤੁਹਾਨੂੰ ਕਹਿ ਹੀ ਨਹੀਂ ਰਿਹਾ ਵੀ ਮੈਂ ਸਾਰਾ ਕੁਛ ਸੱਚ ਕਰਾਂ, ਮੈਂ ਕਹਿੰਦਾ ਗੂਗਲ ਕਰ ਲਓ, WHO ਦੀ ਰਿਪੋਰਟ ਦੇਖ ਲਓ, ਸਭ ਤੋਂ ਵੱਧ ਕੈਂਸਰ ਪੇਸ਼ੈਂਟ ਕਿੱਥੇ ਨੇ, ਕਿੰਨੀਆਂ ਕੰਪਨੀਆਂ ਨੇ ਆ ਜਿਹੜੀ ਆਪਾਂ ਉਹਦੀ ਸਪਰੇਅ ਦੀ ਗੱਲ ਕਰਕੇ ਹਟੇ ਹਾਂ। ਹਾਂਜੀ, ਅਤੇ ਕਿੰਨੀਆਂ ਕੰਪਨੀਆਂ ਤੋਂ ਚੇਂਜ ਹੋ ਕੇ ਉਹਨੇ ਉਹਨੂੰ ਵੇਚਤਾ। ਅਤੇ ਇੱਕ ਗੱਲ ਹੋਰ ਆ, ਜੇ ਇੱਥੇ ਖੇਤੀਬਾੜੀ ਵੀ ਕਰਦੇ ਨੇ ਨਾ ਆਪਣੇ ਪੰਜਾਬ 'ਚ, ਤਾਂ ਆਪਾਂ ਕੁਛ ਵੀ ਲਾ ਲਿਆ ਅਤੇ ਉਹਦਾ ਬੀ ਆਪਾਂ ਰੱਖ ਸਕਦੇ ਹਾਂ, ਇੱਥੇ ਤੁਹਾਨੂੰ ਹੈਵ ਟੂ ਬਾਏ ਕਰਨਾ ਪੈਣਾ। ਅੱਛਾ GM ਤੁਸੀਂ ਆਪਣਾ ਜਿਹੜਾ ਉਹ ਜਿਹੜਾ ਸੀਡ ਨਹੀਂ ਤਿਆਰ ਰੱਖ ਸਕਦੇ। ਓਕੇ, ਕਿਸੇ ਵੀ ਫਸਲ ਦੇ ਲਈ ਨਾ ਜੀ, ਜੋ ਮੈਂ ਪੜ੍ਹਿਆ ਗਾ, ਜੋ ਰਿਪੋਰਟਸ ਮੇਰੇ ਕੋਲ ਪਈਆਂ ਨੇ। ਓਕੇ ਠੀਕ ਹੈ ਸਰ, ਬਹੁਤ ਮਿਹਰਬਾਨੀ ਗਗਨ ਭਾਈ, ਥੈਂਕ ਯੂ ਸੋ ਮਚ ਤੁਸੀਂ ਸਟੂਡੀਓ ਦੇ ਵਿੱਚ ਪਹੁੰਚੇ ਔਰ ਇਹ ਇੰਟਰਸਟਿੰਗ ਅਤੇ ਇੰਪੋਰਟੈਂਟ ਗੱਲਬਾਤ ਸਾਡੇ ਪਰਿਵਾਰਾਂ ਤੱਕ ਪਹੁੰਚਦੀ ਕੀਤੀ, ਅਤੇ ਤੁਹਾਡਾ ਧੰਨਵਾਦ ਸਰ। ਮਿਹਰਬਾਨੀ ਜੀ, ਬਹੁਤ ਬਹੁਤ ਤੁਹਾਡੀ ਵੀ ਅਤੇ ਤੁਹਾਡੇ ਸਾਰੇ ਸਰੋਤਿਆਂ ਦੀ ਵੀ ਜੀ, ਅਤੇ ਪਰ ਇਹਦੇ ਬਾਰੇ ਜ਼ਰੂਰ ਆਪਾਂ ਨੂੰ ਸੀਰੀਅਸਲੀ ਸੋਚਣਾ ਪੈਣਾ ਜੀ ਵੀ ਕਿੱਧਰ ਨੂੰ ਜਾ ਰਹੇ ਹਾਂ ਜੀ। ਬੜੀ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਇਹ ਸੀ ਸਾਡਾ ਖਾਸ ਸੈਗਮੈਂਟ ਜਿਹਦੇ ਵਿੱਚ ਗਗਨ ਧਾਲੀਵਾਲ ਹੋਰਾਂ ਦੇ ਨਾਲ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਕੀਤੀ, ਕੁਝ ਸੰਦੇਸ਼ ਅਤੇ ਫਿਰ ਉਸ ਤੋਂ ਬਾਅਦ ਵਾਪਸ ਜੁੜਦੇ ਹਾਂ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ GMedia Group।